ਮੈਨੇ ਟੋਬਾ ਦੇ ਵਿੱਚ ਹਰ ਸਾਲ ਅਪ੍ਰੈਲ 13 ਨੂੰ ਨਾ ਟਰਬਨ ਡੇ ਮਨਾਇਆ ਜਾਵੇਗਾ ਪੰਜ ਮਿੰਟ ਅੱਛਾ ਪੰਜ ਮਿੰਟ ਵਿੱਚ ਇੰਨੀ ਸੋਹਣੀ ਪੱਗ ਬਣ ਲੀਓ ਮਾਈ ਗੋਡ ਦੈਟਸ ਅਨਬੀਲੀਵेबल ਨਹੀਂ ਨਹੀਂ ਭਾਈ ਇਤਨ ਲੁੱਕੀ ਇਨ ਨੇ ਮੈਨੂੰ ਪੱਗ ਲਈ ਸਦਨਾ ਤੇ ਕਿਨੇ ਪੈਸੇ ਦੇਣੇ ਹਨਾ ਪੱਗ ਲਈ ਤੇ ਮੈਨੂੰ ਆਉੜ ਜਾ ਲੱਗਾ ਵੀ ਸ਼ਾਇਦ ਤਾਂ ਵੀ ਹੋ ਜਾਂਦੀ ਆ ਵੀ ਲੋਕੀ ਗਰੂਮ ਇੱਥੇ ਪੱਗਾਂ ਬੰਨਦੇ ਉਦੋਂ ਇੰਡੀਆ ਇੰਨਾ ਇੰਡੀਆ ਵੀ ਨਹੀਂ ਸੀ ਹੁਣ ਤਾਂ ਚਲੋ ਇੰਡੀਆ ਵੀ ਜਿੱਦਾਂ ਉਹ ਯੂਸੂਲੀ ਮੀਮਸ ਲਈ ਯੂਜ਼ ਹੁੰਦੀ ਆ ਆਈ ਐਮ ਗੋਰ ਵੈਬਸਾਈਟ ਉਹਦੇ ਤੇ ਇੰਨੇ ਗੋਰਿਆਂ ਦੇ ਕਮੈਂਟਸ ਆਉਂਦੇ ਆ ਨਾ ਉਹਨਾਂ ਨੇ ਮਤਲਬ ਪਹਿਲਾਂ ਦੇਖਿਆ ਹੀ ਨਹੀਂ ਇਹ ਵੀ ਪੱਗ ਬੰਦੇ ਕਿਦਾਂ ਪ੍ਰਿਪੇਅਰ ਕਿਦਾਂ ਕਰਦੇ ਆ ਕਾਦੋਂ ਬੰਦੇ ਸੋ ਐਕਸਪੋਜ਼ਰ ਮਿਲਦਾ ਆਪਣੇ ਕਲਚਰ ਬਾਰੇ ਲੋਕਾਂ ਨੂੰ ਪਤਾ ਲੱਗਦਾ ਜੀ ਪ੍ਰੋਸੈਸ ਬਾਰੇ ਪਤਾ ਲੱਗਦਾ ਵਧੀਆ ਗੱਲ ਹੈ ਸਾਡੇ ਸੀਨੀਅਰ ਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਹੁੰਦਾ ਸੀ ਵੀ ਕਿਸੇ ਤਰ੍ਹਾਂ ਉਹਨਾਂ ਨੇ ਆਪਣਾ ਜਤਨ ਦਿਖਾਉਣਾ ਹੁੰਦਾ ਸੀ ਵੀ ਅਸੀਂ ਸੀਨੀਅਰ ਆ ਹਾਂਜੀ ਸੋ ਉਹਨਾਂ ਲਈ ਟੂਲ ਸੀਗਾ ਕਿ ਉਦੋਂ ਤੇ ਉਹ ਕਹਿ ਨਹੀਂ ਸਕਦੇ ਕੋਈ ਚ ਜੇ ਕਹਿੰਦੇ ਤਾਂ ਫਿਰ ਰੈਕਿੰਗ 'ਚ ਆਉਂਦਾ ਸੀ ਵੀ ਇਹ ਗਲਤ ਕਰਦੇ ਹਨ ਸੋ ਉਹਨਾਂ ਕੋਲ ਇਹ ਹੀ ਟੂਲ ਸੀ ਵੀ ਪੱਗਾਂ ਦਾ ਪ੍ਰਭਾਵ ਇਹਨਾਂ ਤੇ ਪੌੜਾ ਵੀ ਤੁਹਾਨੂੰ ਪੱਗ ਦੀ ਬਣਨੀ ਆਉਂਦੀ ਮੁੰਡਿਓ ਹਨਾ ਆ ਕੇ ਪੱਗ ਸਿੱਖੋ ਹਾਂਜੀ ਤੇ ਉਦੋਂ ਤੇ ਮੈਨੂੰ ਇਹਨਾਂ ਵਧੀਆ ਨਹੀਂ ਸੀ ਲੱਗਦਾ ਹੁੰਦਾ ਉਹਨਾਂ ਨੇ ਮੈਨੂੰ ਸਵੇਰ ਤੋਂ ਸ਼ੁਰੂ ਕਰ ਲੈਣਾ ਭਾਜੀ ਹੋਣੀ ਤੇ ਅਸੀਂ ਲੱਗ ਜਾਣਾ ਪੱਗਾਂ ਬੰਨਣ ਤੇ ਉਦੋਂ ਨਾ ਹੀ ਵਧੀਆ ਬੰਨ ਹੋਣੀ ਹੁਣ ਲਾੜ ਪਾਉਨੇ ਆਪਾਂ ਪੇਚ ਬਣਾਉਨੇ ਆ ਉਹਨਾਂ ਨੇ ਫਿਰ ਫੌਜ ਤੋਂ ਸ਼ੁਰੂ ਹੋਇਆ ਜਿੰਨਾ ਕਿ ਮੈਂ ਸੁਣਿਆ ਉੱਥੇ ਤੇ ਇੱਕ ਆਈ ਥਿੰਕ ਕੀਨੀਆਂ ਦੇ ਸਿੱਖ ਜਿਹੜੇ ਜੀ ਉਹਨਾਂ ਨੇ ਮਤਲਬ ਇਹ ਸਟਾਈਲ ਸ਼ੁਰੂ ਕੀਤਾ ਜਿਹੜੇ ਲਾੜ ਬਣਾਉਨੇ ਫਿਰ ਉਸ ਤੋਂ ਬਾਅਦ ਪਪੂਲਰ ਹੁੰਦਾ ਗਿਆ ਤੇ ਜਿੰਨਾ ਕਿ ਸਗੋਂ ਮੈਨੂੰ ਆਪਣੇ ਆਪ ਨੂੰ ਵੀ ਥੋੜਾ ਜਿਹਾ ਚੀਜ਼ਾਂ ਕਲੀਅਰ ਹੋਈਆਂ ਕਿਉਂਕਿ ਕਈ ਵਾਰ ਆਪਾਂ ਸੋਚਦੇ ਨਹੀਂ ਜਦੋਂ ਪੰਜਾਬ 'ਚ ਜੰਮਿਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਕੋਈ ਇਦਾਂ ਸੋਚੂਗਾ ਕਿ ਪਾਗ ਨੂੰ ਹੱਥ ਨਹੀਂ ਲਾਉਣਾ ਬਈ ਪਰ ਹੁਣ ਜਦੋਂ ਉਹ ਸੈਂਸ ਵੀ ਬਣਦੀ ਹੈ ਕਿਉਂਕਿ ਆ ਇੱਕ ਗੋਰੇ ਲਈ ਉਹਨੇ ਕਦੇ ਦੇਖੀ ਨਹੀਂ ਚੀਜ਼ ਉਹ ਆ ਕੇ ਜਦੋਂ ਟੱਚ ਕਰਨ ਲੱਗ ਜਵੇ ਵੀ ਇਹ ਹੀ ਕੀ ਹੈ ਕੀ ਹੈ ਹਨਾ ਤੇ ਉਹ ਮਤਲਬ ਆਬਵੀਅਸਲੀ ਮੇਬੀ ਜਿਹੜਾ ਬੈਠਾ ਉਹਨੂੰ ਡਿਸਰੈਸਪੈਕਟਫੁਲ ਲੱਗ ਸਕਦਾ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਦਿਸ ਮੰਥ ਅਪ੍ਰੈਲ ਇਜ਼ ਸਿੱਖ ਹੈਰੀਟੇਜ ਮੰਥ ਐਂਡ ਬਹੁਤ ਸਾਰੀਆਂ ਸੈਲੀਬ੍ਰੇਸ਼ਨਸ ਕੀਤੀਆਂ ਜਾ ਰਹੀਆਂ ਨੇ ਵਿਸਾਖੀ ਪ੍ਰੀਡਸ ਦਾ ਹੋ ਹੀ ਰਹੀਆਂ ਨੇ ਅਸੀਂ ਸਾਰੇ ਆਪਣੇ ਕਲਚਰ ਦੇ ਨਾਲ ਹੋਰ ਵੀ ਜੁੜ ਜਾਂਦੇ ਆ ਅਪ੍ਰੈਲ ਦੇ ਮਹੀਨੇ ਦੇ ਵਿੱਚ ਤੇ ਆ ਜਿੱਥੇ ਗੱਲ ਆਉਂਦੀ ਆ ਕਲਚਰ ਦੀ ਸੱਭਿਆਚਾਰ ਦੀ ਧਰਮ ਦੀ ਉੱਥੇ ਗੱਲ ਦਸਤਾਰ ਦੀ ਤੇ ਪੱਗ ਦੀ ਜ਼ਰੂਰ ਆਉਂਦੀ ਆ ਐਂਡ ਇਸ ਥੀਮ ਦੇ ਨਾਲ ਹੀ ਰਲਦਾ ਮਿਲਦਾ ਅੱਜ ਸਾਡਾ ਵੇਸ਼ ਆਇਆ ਸਾਡਾ ਟਾਪਿਕ ਆ ਸਾਡੇ ਗੱਲਬਾਤ ਕਰਨ ਦਾ ਅਜ ਲਹਿਜ਼ਾ ਹੋਊਗਾ ਬਿਕਾ ਸਾਡੇ ਕੋਲ ਅੱਜ ਬਹੁਤ ਹੀ ਖਾਸ ਮਹਿਮਾਨ ਆਏ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਗੁਰਜੀਤ ਸਿੰਘ ਤੁਸੀਂ ਇਹਨਾਂ ਨੂੰ ਸੋਸ਼ਲ ਮੀਡੀਆ ਉੱਪਰ ਐਜ਼ ਦ ਟਰਬਨ ਗਾਈ ਜਾਣਦੇ ਹੋਗੇ ਫੇਸਬੁੱਕ ਤੇ ਟਿਕਟੌਕ ਉੱਪਰ ਇਨ ਆਦਰ ਹੈਂਡਲ ਹੈ ਦ ਟਰਬਨ ਗਾਈ ਐਂਡ ਇੰਸਟਾਗ੍ਰam ਐਂਡ ਟਵਿੱਟਰ ਤੇ ਤੁਸੀਂ ਲੱਭ ਸਕਦੇ ਹੋ ਇਹਨਾਂ ਨੂੰ ਵਿਦ ਦ ਹੈਂਡਲ ਰੀਅਲ ਟਰਬਨ ਗਾਈ ਇਹ ਸੋਸ਼ਲ ਮੀਡੀਆ ਉੱਪਰ ਖੋਤੀ ਮੈਂ ਕਹੂੰਗੀ ਦਿਲ ਨੂੰ ਛੂਣ ਵਾਲੀਆਂ ਵੀਡੀਓਜ਼ ਬਣਾਉਂਦੇ ਆ ਕਿਉਂ ਕਿ ਇੰਨਾ ਜ਼ਿਆਦਾ ਵਧੀਆ ਲੱਗਦਾ ਇਹਨਾਂ ਦੇ ਪੱਗ ਬੰਨਣ ਵਾਲੇ ਢੰਗ ਨੂੰ ਦੇਖ ਕੇ ਤੇ ਇਹ ਯੂ نو ਆਫ ਕੋਰਸ ਆਪਣੇ ਦੋਸਤਾਂ ਮਿੱਤਰਾਂ ਦੇ ਐਂਡ ਹੋਰ ਨਾ ਦੇਵੀ ਪੱਗਾਂ ਬੰਨਦੇ ਨੇ ਦਸਤਾਰ ਸਜਾਉਂਦੇ ਨੇ ਵੈਨ ਕਮਸ ਟੂ ਐਨੀ ਇਵੈਂਟ ਐਂਡ ਅੱਜ ਇਹ ਸਾਡੇ ਨਾਲ ਸਾਂਝਪੋਣ ਆਇਆ ਐਂਡ ਇਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਗੱਲ ਵੀ ਦੱਸਣਾ ਚਾਹਣੀ ਆ ਜੋ ਕਿ ਪਗਨਲ ਰਿਲੇਟਿਡ ਆ ਐਕਚੁਅਲੀ ਮੈਨੀਟੋਬਾ ਦੇ ਵਿੱਚ ਨਾ ਲਾਸਟ ਮਾਰਚ ਸੋ 2022 ਮਾਰਚ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਸ ਹੋਇਆ ਤੇ ਉਹਦੇ ਅਕੋਰਡਿੰਗਲੀ ਹੁਣ ਮੈਨੀਟੋਬਾ ਦੇ ਵਿੱਚ ਹਰ ਸਾਲ ਅਪ੍ਰੈਲ 13 ਨੂੰ ਨਾ urban day manaya javega so hopefully something like this comes to bc uh, as well and of course with people like gurjeet singh jo ke inna vadiya kam kar rahe ya dastaar nu puri zindagi i i would say apni zindagi de vich ta for sure par puri duniya de vich viral kar rahe ya so inna de hunde ta ajhe jehde uh, turban days ne um manonde hi rehne uh, pehnnge apan nu and chahide vi a so hun zyada na samay lende hoy mai ਸਵਾਗਤ ਕਰਨਾ ਚਾਹੂੰਗੀ ਗੁਰਜੀਤ ਸਿੰਘ ਜੀ ਦਾ ਟੂ ਅਰ ਸਟੂਡੀਓ ਗੁਰਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਐਂਡ ਹੈਪੀ ਵਸਾਕੀ ਟੂ ਯੂ ਸਤਿ ਸ੍ਰੀ ਅਕਾਲ ਨਾਨਾ ਜੀ ਥੈਂਕ ਯੂ ਜੀ ਹੈਪੀ ਵਸਾਕੀ ਟੂ ਯੂ ਐਸ ਵੈਲ ਤੇ ਸਤਿ ਸ੍ਰੀ ਅਕਾਲ ਸਾਰੇ ਸੁਣ ਰਹੇ ਸਰੋਤਿਆਂ ਨੂੰ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਕਿ ਤੁਸੀਂ ਮੌਕਾ ਦਿੱਤਾ ਇੱਥੇ ਆਉਣ ਦਾ ਤੇ ਸਟੂਡੀਓ 'ਚ ਸਵਾਗਤ ਕਰਨ ਲਈ ਆਫ ਕੋਰਸ ਆਫ ਕੋਰਸ ਐਂਡ ਯੂ نو ਵਾਟ ਆਈ نو ਕਿ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਤੁਹਾਨੂੰ ਦੇਖ ਨਹੀਂ ਸਕਦੇ ਰਾਈਟ ਨਾਓ ਪਰ ਮੈਂ ਦੇਖ ਸਕਦੀ ਆਂ ਤੁਸੀਂ ਇੰਨੀ ਸੋਹਣੀ ਪੱਗ ਬੰਨੀ ਹੋਈ ਆ ਪਹਿਲੀ ਗੱਲ ਤਾਂ ਤੁਸੀਂ ਪੱਗ ਦਾ ਰੰਗ ਵੀ ਮੈਨੂੰ ਲੱਗਦਾ ਸਟੂਡੀਓ ਦੇ ਰੰਗ ਦੇ ਨਾਲ ਮੈਚ ਕਰਕੇ ਜਾਣ ਕੇ ਬੰਨਿਆ ਇਟ ਲੁੱਕਸ ਸੋ ਨਾਈਸ ਪਹਿਲਾਂ ਤਾਂ ਸਾਨੂੰ ਅੱਜ ਆਪਣੀ ਜਿਹੜੀ ਤੁਸੀਂ ਪੱਗ ਬੰਨੀ ਹੋਈ ਆ ਇਹਦੇ ਬਾਰੇ ਦੱਸੋ ਇਹਦਾ ਕਿਹੜਾ ਕੱਪੜਾ ਆ ਇਹਦੇ ਕਿੰਨੇ ਲਾੜਾ ਐਂਡ ਐਂਡ ਟੈਲ ਅਸ ਲਿਟਲ ਬਿਟ ਅਬਾਊਟ ਜਿਹੜੀ ਤੁਸੀਂ ਅੱਜ ਦਸਤਾਰ ਸਜਾਈ ਹੋਈ ਆ ਹਾਂਜੀ ਫੋਰ ਸ਼ੋਰੀ ਅੰਮ ਰੰਗ ਤੇ ਮੈਂ ਇੰਡੀਆ ਤੋਂ ਨਵੇਂ ਰੰਗ ਲੈ ਕੇ ਆਇਆ ਸੀ ਉਦੋਂ ਹੀ ਮੈਂ ਰੈਂਡਮਲੀ ਸਿਲੈਕਟ ਕਰ ਲਿਆ ਤੇ ਕਪੜਾ ਮੋਸਟਲੀ ਆਪਾਂ ਯੂਜ਼ ਕਰਦੇ ਆ ਫੁੱਲ ਵੈਲ ਦਾ ਜੀ ਤੇ ਅਰਾਊਂਡ 6 1/2 ਮੀਟਰਸ ਲੈ ਕੇ ਉਹਨੂੰ ਸਟਿਚਿੰਗ ਕਰਵਾ ਕੇ ਤੇ ਪੰਜ ਲੜੀ ਦਸਤਾਰ ਇਹ ਜਿਹੜਾ ਸਪੈਸੀਫਿਕ ਹੌਨ ਸਟਾਈਲ ਬਣਿਆ ਹੋਇਆ ਹੈ ਇਹ ਥੋੜਾ ਜਿਹਾ ਮੋਡੀਫਾਈਡ ਵਰਜ਼ਨ ਆ ਪਟਿਆਲਾ ਸ਼ਹੀਦ ਦਸਤਾਰ ਕਹਿੰਦੇ ਉਹਨੂੰ ਹਾਂਜੀ ਸੋ ਦੋਵੇਂ ਪਾਸੇ ਉਹਦੇ ਲੜ ਹੁੰਦੇ ਆ ਤੇ ਇਹ ਥੋੜੀ ਜਿਹੀ ਤਾਂ ਚੌੜੀ ਕੀਤੀ ਹੋਈ ਆ ਉਹ 19.19 ਤਿੱਖੀ ਨਹੀਂ ਹੈਗੀ ਜਿਹੜਾ ਆ ਕਲਾਸਿਕ ਪਟਿਆਲਾ ਸ਼ਾਹੀ ਸਟਾਈਲ ਸਿਕਾ ਸੋ ਥੋੜਾ ਮੋਡੀਫਾਈਡ ਵਰਜਨ ਹੈ ਉਹਦਾ ਹਾਂਜੀ ਆਨਸਟੀ ਲਾਈਕ ਇੰਨੀ ਵਧੀਆ ਤੁਸੀਂ ਬਣੀ ਹੋਈ ਆ ਬਸ ਕਿੰਨਾ ਟਾਈਮ ਲੱਗਿਆ ਤੁਹਾਨੂੰ ਬਣਨ ਲਈ ਦੱਸੋ ਆਰਾਊਂਡ 5 ਕਮਿਊਨਿਟੀ 5 ਮਿੰਟ ਅੱਛਾ 5 ਮਿੰਟ ਵਿੱਚ ਇੰਨੀ ਸੋਹਣੀ ਪਾਗ ਬਣ ਲੀਓ ਮਾਈ ਗੋਡ ਦੈਟਸ ਅਨਬੀਲੀਵेबल ਨਹੀਂ ਪਾਗ ਬਣਨ ਨੂੰ ਤਾਂ ਟਾਈਮ ਨਹੀਂ ਲੱਗਦਾ ਆਬਵੀਅਸਲੀ ਜਦੋਂ ਪਹਿਲਾਂ ਪੂਣੀ ਕਰਨੀ ਪ੍ਰੇਪੇਅਰ ਕਰਨਾ ਕੱਪੜਾ ਉਹਨੂੰ ਚਾਹੇ ਟਾਈਮ ਲੱਗ ਜਾਵੇ ਬਣਨ ਦੀ ਐਕਚੁਅਲ ਟਾਈਮ ਪ੍ਰੋਸੈਸ ਹੈ ਨਾ ਉਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਜਦੋਂ ਥੋੜਾ ਤੁਹਾਡਾ ਐਕਸਪੀਰੀ ਹਾਂਜੀ ਅੱਛਾ ਚਲੋ ਫਿਰ ਇਹਦੇ ਤੋਂ ਮੈਨੂੰ ਇਹ ਹੀ ਕੁਐਸਚਨ ਯਾਦ ਆ ਰਿਹਾ ਮੈਂ ਅੱਜ ਸੋਚ ਲਈ ਸੀ ਡਰਾਈਵ ਕਰਦੀ ਕਰਦੀ ਤੁਹਾਨੂੰ ਇਹ ਪੁੱਛਣਾ ਮੈਂ ਜ਼ਰੂਰ ਹੁਣ ਵਿਸਾਖੀ ਆਈਆ ਹੈ ਨਾ ਐਂਡ ਅਗਲੇ ਹਫਤੇ ਸਰੀ ਦੀ ਪਰੇਡ ਆ ਵਿਸਾਖੀ ਦੀ ਹਾਂਜੀ ਸੋ ਸੇ ਤੁਸੀਂ ਵਿਸਾਖੀ ਪਰੇਡ ਲਈ ਹੁਣ ਪੱਗ ਬੰਨਣੀ ਆ ਤੁਹਾਡਾ ਥੋੜਾ ਪ੍ਰੋਸੈਸ ਕੀ ਹੋਊਗਾ ਥੋੜਾ ਤਿਆਰੀ ਦਾ ਕੀ ਪ੍ਰੋਸੈਸ ਆ ਤੁਸੀਂ ਇੱਕ ਰਾਤ ਪਹਿਲਾਂ ਸਪਰੇਅ ਸਪਰ ਕਰਕੇ ਸ਼ੁਰੂ ਕਰਦੇ ਹੋ ਜਾਂ ਉਸੇ ਦਿਨ ਥੋੜਾ ਕੀ ਪ੍ਰੋਸੈਸ ਆ ਪੱਗ ਬੰਨਣ ਦਾ ਜੇ ਤੁਸੀਂ ਯੂ نو ਐਂ ਪੋਚਮੀ ਪੱਗ ਬੰਨਣੀ ਹੋਵੇ ਐਂ ਸੱਚ ਤੱਕੇ ਜਾਣਾ ਹੋਵੇ ਥੋੜਾ ਕਿਹੜਾ ਪ੍ਰੋਸੈਸ ਆ ਯਾ ਫਰ ਸ਼ੋਰ ਹਾਂ ਜੇ ਤੇ ਪੱਗ ਕੋਈ ਨਵੀਂ ਲਈ ਆ ਜਿੱਦਾਂ ਨਵਾਂ ਕੱਪੜਾ ਆ ਨਾ ਤੇ ਉਹਨੂੰ ਇੱਕ ਵਾਰੀ ਪਾਣੀ ਵਿੱਚੋਂ ਕੱਢ ਲੈਂਦਾ ਉਦਾਂ ਹੀ ਜਿੱਦਾਂ ਬੱਕਟ ਚ ਪਾਣੀ ਪਾ ਕੇ ਤੇ ਇੱਕ ਵਾਰੀ ਅਮ ਦਸਰਫਾ ਵਗੈਰਾ ਤੇ ਕੋਸ਼ਪੌਂ ਦੀ ਲੋੜ ਨਹੀਂ ਉਦਾਂ ਪਾਣੀ ਵਿੱਚੋਂ ਕੱਢ ਕੇ ਹਾਂਜੀ ਤੇ 에ਅਰ ਡਰਾਈ ਕਰ ਲੈਣਾ ਉਹਨੂੰ ਤੇ ਉਹਦੇ ਤੋਂ ਬਾਅਦ ਫੇ ਮਾਰਨਿੰਗ 'ਚ ਜਦੋਂ ਬਨਣੀਆਂ ਥੋੜਾ ਜਿਹਾ ਪਾਣੀ ਸੜਕ ਕੇ ਉਹਦੇ ਤੇ ਜਾਂ ਪਾਣੀ ਸਪਰੇਅ ਕਰਕੇ ਤੇ ਫੇਰ ਪੂਣੀ ਜਿਹੜੀ ਪ੍ਰਿਪੇਅਰ ਕਰਦੇ ਆਪਾਂ ਅ ਫੇਰ ਉਹ ਥੋੜੀ ਜੀ ਸੌਖੀ ਹੋ ਜਾਂਦੀ ਹੈ ਬੱਜ ਵੀ ਸੌਖੀ ਜਾਂਦੀ ਹੈ ਜਿਹੜੇ ਲੇਅਰਸ ਆ ਜਿਹੜੀਆਂ ਜਿਹੜੇ ਲਾੜੇ ਆ ਵੀ ਵੀ ਸੋਕੇ ਟਿਕਦੇ ਆ ਫਿਰ ਹਾਂਜੀ ਫਿਰ ਕਲੀਨ ਥੋੜੀ ਜਿਹੀ ਲੱਗਦੀ ਹੈ ਹਮ ਹਮ ਐਂਡ ਯੂ نو ਮੈਂ ਥੋੜਾ ਟਿਕਟੋਕ ਆਬਵੀਸਲੀ ਪ੍ਰੈਜ਼ੈਂਸ ਸਾਰਨ ਵਧਾਈ ਆ ਮੈਂ ਵੀ ਦੇਖ ਰਹੀ ਸੀਗੀ ਐਂਡ ਤੁਸੀਂ ਜਿਹੜੀਆਂ ਅੱਜ ਗੱਲਾਂ ਕਰ ਰਹੇ ਹੋ ਬਹੁਤ ਤੁਸੀਂ ਸ਼ੋ ਵੀ ਕਰਦੇ ਹੋ ਇਹ ਇਨ ਪਰਸਨ ਟਿਕਟੋਕ ਵਗੈਰਾ ਤੇ ਤੁਹਾਡੇ ਇਨੇ ਲੱਖਾਂ ਲਾਈਕਸ ਆਏ ਹੋਏ ਹਜ਼ਾਰਾਂ ਲੋਕੀ ਤੁਹਾਨੂੰ ਫੋਲੋ ਕਰਦੇ ਆ ਐਂਡ ਤੁਹਾਡੀਆਂ ਵੀਡੀਓਜ਼ ਦੇਖਦੇ ਆ ਹਾਂਜੀ ਇਹ ਕੰਮ ਕਿਵੇਂ ਸ਼ੁਰੂ ਹੋਇਆ ਤੁਸੀਂ ਪਹਿਲਾਂ ਆਪਣੇ ਬਾਰੇ ਵੀ ਹੁਣ ਪਾਗਾਂ ਬਾਰੇ ਤੁਸੀਂ ਦੱਸਿਆ ਯਾ ਆਪਣੇ ਬਾਰੇ ਦੱਸੋ ਤੁਸੀਂ ਇੱਥੇ ਆ ਕਿਵੇਂ ਕੈਨੇਡਾ ਦੇ ਵਿੱਚ ਆਏ ਤੁਸੀਂ ਕੀ ਹੁਣ ਕਰ ਰਹੇ ਹੋ ਐਂਡ ਪੜ੍ਹਦੇ ਹੋ ਪੜਾਉਨੇ ਹੋ ਯਾ ਤੁਸੀਂ ਕੰਮ ਕਰਦੇ ਹੋ ਐਂਡ ਹਾਊ ਡਿਡ ਯੂ ਡਿਸਾਈਡ ਕਿ ਯੂ نو ਪਾਗ ਮੈਂ ਬੰਦਾ ਦਾ ਹੈਗਾ ਮੈਂ ਦੂਜਿਆਂ ਦੇ ਵੀ ਬੰਦਾ ਪਰ ਮੈਂ ਹੁਣ ਇਹ ਵੀ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰਨੀਆਂ ਹਾਊ ਡਿਡ ਆਲ ਦੈਟ ਹੈਪਨ ਯਾ ਸੋ ਜਦੋਂ ਮੈਂ ਇੱਥੇ ਆਇਆ ਸੀਗਾ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਤੇ ਉਦੋਂ ਮੈਨੂੰ ਆ ਆਨਲਾਈਨ ਇਹਦਾ ਜਾਣ ਪਛਾਣ ਵਿੱਚੋਂ ਮੈਨੂੰ ਇੱਥੇ ਮਿਲੇ ਸੀ ਦੀਰੀਜ਼ ਫਲਾਵਰਸ ਤੁਸੀਂ ਮੇਬੀ ਸੁਣੇ ਹੋਣ ਹਮ ਹਮ ਅਮ ਸੋ ਵੈਡਿੰਗ ਫਲੋਰਿਸਟ ਯਾਨਾ ਜੀ ਤੇ ਉਹਨਾਂ ਉਹਨਾਂ ਨੇ ਕੋਈ ਵੈਬਸਾਈਟ ਚੇਂजेस ਕਰਾਉਣੀਆਂ ਸੀ ਮੈਂ ਉਦੋਂ ਆਈਟੀ 'ਚ ਉਦਾਂ ਹੀ ਜਦਾਂ ਗਿਗਸ ਕਰਦਾ ਹੁੰਦਾ ਸੀ ਰੈਂਡਮ ਗਿਗਸ ਹਨਾ ਓਕੇ ਸੋ ਤੁਹਾਡਾ ਬੈਕਗਰਾਉਂਡ ਆਈਟੀ ਦੇ ਵਿੱਚ ਆ ਅਮ ਇੰਡੀਆ ਦੇ ਵਿੱਚ ਉਦਾਂ ਮੈਂ ਇਲੈਕਟ੍ਰੋਨਿਕਸ 'ਚ ਸੀਗਾ ਬਟ ਜਿੱਦਾਂ ਪੰਗੇ ਲੈਂਦਾ ਰਹਿੰਦਾ ਸੀ ਉਦਾਂ ਹੀ ਇਹਦਾ ਨਾ ਆਨਲਾਈਨ ਲੱਗੇ ਰਹਿਣਾ ਸੋ ਮੇਰਾ ਇੰਟਰਸਟ ਸੀ ਇਧਰ ਨੂੰ ਤੇ ਇੱਥੇ ਆ ਕੇ ਜਦੋਂ ਫਿਰ ਉਹਨਾਂ ਨੂੰ ਮੈਂ ਮਿਲਣ ਗਿਆ ਤੇ ਮੈਂ ਕਾਲਜ ਤੋਂ ਸਿੱਧਾ ਚਲੇ ਗਿਆ ਬਸ ਜੀ ਤੇ ਉਦੋਂ ਮੇਰੇ ਪੱਗ ਬੰਨੀ ਹੁੰਦੀ ਸੀ ਆਮ ਜਿੱਦਾਂ ਕਾਲਜ ਜਾਣਾ ਉਦੋਂ ਵੀ ਪੱਗ ਬੰਨ ਕੇ ਜਾਣਾ ਤੇ ਜਦੋਂ ਮੈਂ ਉਹਨਾਂ ਕੋਲ ਗਿਆ ਤੇ ਉਹ ਸਾਰੀਆਂ ਚਲੋ ਵੈਬਸਾਈਟ ਜੋ ਚੇਂਜਸ ਕਰਨੀਆਂ ਸੀ ਉਹਨਾਂ ਨੇ ਦੱਸਿਆ ਤੇ ਬਾਅਦ ਚ ਉਹਨਾਂ ਨੇ ਮੈਨੂੰ ਕਿਹਾ ਕਿ ਗੁਰਜੀ ਤੂੰ ਪੱਗ ਇੰਨੀ ਸੋਹਣੀ ਬੰਨਦਾ ਆ ਤਾਂ ਤੂੰ ਵੈਡਿੰਗ ਤੇ ਜਿਹੜੇ ਮਤਲਬ ਗਰੂਮਸ ਤੇ ਪੱਗਾਂ ਬੰਦਦੇ ਆ ਤੂੰ ਉਹ ਕੰਮ ਕਾਤੋਂ ਨਹੀਂ ਹੈਣਾ ਸ਼ੁਰੂ ਕਰਦਾ ਹਾਂ ਉਦੋਂ ਮੈਂ ਉਹਨਾਂ ਨੂੰ ਕਿਹਾ ਵੀ ਵੀ ਮੈਂ ਕਿਹਾ ਮਤਲਬ ਕਿੰਨੇ ਮੈਨੂੰ ਪੱਗ ਲਈ ਸਦਨਾ ਤੇ ਕਿੰਨੇ ਪੈਸੇ ਦੇਣੇ ਹਨਾ ਪੱਗ ਲਈ ਤੇ ਮੈਨੂੰ ਔੜ ਜਾ ਲੱਗਾ ਵੀ ਸ਼ਾਇਦ ਤਾਂ ਵੀ ਹੋ ਜਾਂਦੀ ਹੈ ਵੀ ਲੋਕੀ ਗਰੂਮ ਇਥੇ ਪੱਗਾਂ ਬੰਨਤੇ ਉਦੋਂ ਇੰਡੀਆ ਇੰਨਾ ਇੰਡੀਆ ਵੀ ਨਹੀਂ ਸੀ ਹੁਣ ਤਾਂ ਚਲੋ ਇੰਡੀਆ ਵੀ ਜਦੋਂ ਗਰੂਮਸ ਦੇ ਹਨਾ ਡੈਡੀਕੇਟਡ ਹੈਗੇ ਤੁਹਾਡੇ ਕੋਲ ਜਿਹੜੇ ਟਰਬਨ ਟਾਈਂਗ ਕਰਦੇ ਆ ਉਦੋਂ ਨਹੀਂ ਸੀ ਇੰਨਾ ਜ਼ਿਆਦਾ ਹੁੰਦਾ ਪਹਿਲਾਂ ਇਦਾਂ ਵੀ ਹੁੰਦਾ ਸੀ ਕਿ ਕਈ ਵਾਰੀ ਤਾਂ ਰੈਡੀमेडੀ ਲੋਕੀ ਬਨ ਲੈਂਦੇ ਸੀਗੇ ਯਾਰ ਯੂਸੂअली ਹਿੰਦੂਸ ਜਿਹੜੇ ਹਨਾ ਜਾਂ ਜਗਰ ਸਾਫਾ ਰਾਜਸਥਾਨੀ ਸਾਫਾ ਉਹ ਮਿਲ ਜਾਂਦੇ ਆ ਆਪਣੇ ਤੇ ਯੂਸੂਲੀ ਆਮ ਘਰੇ ਜਿੱਦਾਂ ਬੰਦੇ ਆ ਉਦਾਂ ਹੀ ਚੁੰਜ ਜਾਂਦੇ ਸੀ ਜਾਂ ਕਿਸੇ ਫਰੈਂਡ ਨੇ ਬੰਨਤੀ ਤਾਂ ਚਾਚੇ ਨੇ ਬੰਨਤੀ ਐਦਾਂ ਹੀ ਹੁੰਦਾ ਯਾ ਤੇ ਫਿਰ ਆ ਕੇ ਮੈਂ ਘਰੇ ਤੇ ਮੈਂ ਉਹਦਾ ਸੋਚਿਆ ਤੇ ਮੇਰਾ ਫਰੈਂਡ ਹੁੰਦਾ ਸੀ ਉਹਨਾਂ ਉਹ ਜਿੱਦਾਂ ਥੋੜਾ ਜਿਹਾ ਫੇਵੀ ਬਿਜ਼ਨਸ ਮਾਈਂਡਡ ਸੀ ਜੀ ਤੇ ਉਹਨੇ ਮੈਨੂੰ ਕਿਹਾ ਕਿ ਜੇ ਮੰਨ ਲਓ ਜੇ ਨਾਂ ਵੀ ਕੁਝ ਹੋਊਗਾ ਤੂੰ ਆਨਲਾਈਨ ਉਦਾਂ ਹੀ ਆਪਣੀ ਵੈਬਸਾਈਟ ਤੇ ਤੈਨੂੰ ਬਣਾਣੀ ਆਉਂਦੀ ਆ ਨਾ ਹੂੰ ਤੇ ਪਾ ਕੇ ਰੱਖਦੇ ਜੇ ਨਾ ਹੋਇਆ ਤਾਂ ਨਾ ਸਹੀ ਨਹੀਂ ਤੇ ਤੇਰਾ ਕਿਹੜਾ ਕੁਛ ਲੱਗਣਾ ਨਾ ਜੋ ਵੀ ਮਾੜਾ ਮੋਟਾ ਖਰਚਾ ਜੋ ਨਹੀਂ ਹੋਇਆ ਠੀਕ ਸੋ ਮੈਂ ਫੇ ਉਦਾਂ ਹੀ ਪੰਗੇ ਲੈਂਦੇ ਨੇ ਬਣਾ ਕੇ ਸ਼ੁਰੂ ਕਰਤਾ ਫਿਰ ਮੈਨੂੰ ਪਹਿਲੀ ਕਾਲ ਆਈ ਸੀ ਗੁਰਜੰਟ ਸਿੰਘ ਇੱਥੇ ਆਪਣੇ ਲੋਕਲ ਲੋਰ ਮੈਨ ਲੈਂਡ ਚੀ ਸੀ ਅੱਛਾ ਜੀ ਮੇਰਾ ਪਹਿਲੇ ਕਲਾਇੰਟ ਸੀ ਤੇ ਉਹ ਉਹਨਾਂ ਨੇ ਆਪ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਦੱਸਤਾ ਵੀ ਭਾਜੀ ਮੈਂ ਤਾਂ ਜਿੱਦਾਂ ਫਰੈਸ਼ ਆ ਮੈਨੂੰ ਕੁਝ ਨਹੀਂ ਪਤਾ ਵੀ ਪ੍ਰੋਸੈਸ ਕੀ ਹੁੰਦਾ ਆ ਫੇ ਉਹ ਉਹਨਾਂ ਨੇ ਮੈਂ ਤਾਂ ਚਾਰਜਸ ਪੁੱਛੇ ਮੈਂ ਉਹਨੂੰ ਵੀ ਦੱਸਤਾ ਵੀ ਭਾਜੀ ਉਹ ਵੀ ਨਹੀਂ ਮੈਨੂੰ ਪਤਾ ਵੀ ਕਿਹ ਚਾਰਜਸ ਕਿੰਨੇ ਚਾਰਜ ਕਰਦੇ ਹਨਾ ਕੀ ਰੇਟ ਹੈ ਬਿਲਕੁਲ ਮਲਮ ਨਵੇਂ ਕੰਪਲੀਟਲੀ ਨਿਊ ਬਿਲਕੁਲ ਤੇ ਫਿਰ ਉਹਨਾਂ ਨੇ ਉਹ ਜਿੱਦਾਂ ਇੰਨੇ ਵਧੀਆ ਆਬਵੀਅਸਲੀ ਪਰਮਾਧਮ ਨੇ ਬੰਦੇ ਮਲਾਈ ਵੀ ਉਹਨਾਂ ਨੇ ਉਸ ਬੰਦੇ ਨੇ ਆਪ ਕੰਟੈਕਟ ਕੀਤਾ ਬਾਕੀ ਜਿਹੜੇ ਹੋਰ ਲੋਕਲ ਏਰੀਆ ਚ ਕੋਈ ਹੋਗੇ ਪ੍ਰੋਵਾਈਡਰ ਹਨਾ ਹਾਂਜੀ ਜਿੰਨਾ ਰੇਟ ਚਾਰਜ ਕਰਦੇ ਸੀ ਜਿਹੜਾ ਪ੍ਰੋਸੈਸ ਸੀ ਕਿ ਪਹਿਲਾਂ ਟ్రਾਇਲ ਕਰਦੇ ਆ ਸਾਰਾ ਕੁਝ ਉਹਨਾਂ ਨੇ ਮੈਨੂੰ ਬਾਅਦ ਚ ਦੱਸਿਆ ਤੇ ਫੇਜਾ ਤੋਂ ਮੈਂ ਪੱਗ ਬਣਵੀ ਆਇਆ ਬਹੁਤ ਵਧੀਆ ਐਕਸਪੀਰੀਅੰਸ ਸੀ ਬਾਕੀ ਵੈਂਡਰਸ ਵੀ ਬਹੁਤ ਵਧੀਆ ਸੀ ਫੋਟੋਗ੍ਰਾਫਰ ਵੀਡੀਓ ਵਾਲੇ ਵੀ ਹਨਾ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਜਿੱਦਾਂ ਉਹਨਾਂ ਨੂੰ ਜਦੋਂ ਮੈਂ ਦੱਸਿਆ ਵੀ ਮਤਲਬ ਫਰੈਸ਼ ਸਟਾਰਟ ਆ ਨਾ ਫਿਰ ਨੈਟਵਰਕ ਬਣ ਜਾਂਦਾ ਹੈ ਹਾਂਜੀ ਤੇ ਉਹਨਾਂ ਨੇ ਬਾਅਦ ਚ ਮੈਨੂੰ ਪੇ ਵੀ ਉਹਨੇ ਹੀ ਕੀਤਾ ਐਗਜ਼ੈਕਟ ਜਨੇ ਬਾਕੀਆਂ ਤੋਂ ਕੋਟ ਲਿਆ ਸੀ ਨਾ ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਵੀ ਪਾਜੀ ਮੈਂ ਤੇ ਮਤਲਬ ਤੁਸੀਂ ਪ੍ਰੋਬੇਬਲੀ ਜ਼ਿਆਦਾ ਕੰਮ ਕੀਤਾ ਮੈਂ ਤੇ ਬਸ ਆ ਕੇ ਬਾਗੀ ਬਣੀ ਹਨਾ ਤੇ ਪਰ ਨਹੀਂ ਉਹ ਬਹੁਤ ਵਧੀਆ ਬੰਦੇ ਇਦਾਂ ਮਿਲੇ ਫੇ ਉਤੋਂ ਸਟਾਰਟ ਹੋ ਗਿਆ ਹਾਂ ਤੇ ਫਿਰ ਅ ਇਦਾਂ ਹੀ ਆਨਲਾਈਨ ਮੈਂ ਜਦੋਂ ਵੀ ਜਦੋਂ ਮਿਲਦਾ ਸੀਗਾ ਆਪਣੇ ਆਈਟੀਜ਼ ਮੈਂ ਉਹਨਾਂ ਜਦੋਂ ਕੰਮ ਕਰਦਾ ਹੂੰ ਹੂੰ ਤੇ ਮੈਨੂੰ ਮੇਰੇ ਫਰੈਂਡਸ ਨੇ ਪੁੱਛਣਾ ਜਾਂ ਕਾਲੀਗਸ ਜਿਹੜੇ ਨਾ ਗੋਰੇ ਆ ਸਪੈਸ਼ਲੀ ਉਹਨਾਂ ਨੇ ਪੁੱਛਣਾ ਸ਼ੁਰੂ ਕੀ ਪ੍ਰੋਸੈਸ ਹੁੰਦਾ ਆ ਇਹ ਇਕਾਤਵਾ ਪੱਗ ਮਤਲਬ ਜੇ ਬੰਦੇ ਆ ਤੇ ਇਹਦਾ ਦਸੈਰ ਨਹੀਂ ਦੁਖਦਾ ਤੁਸੀਂ ਮਤਲਬ ਹੈ ਕੀ ਹੈ ਨਾ ਇਹਦੀ ਇੰਪੋਰਟੈਂਸ ਕੀ ਆ ਕਿੱਦਾਂ ਪ੍ਰੇਪੇਅਰ ਕਰਦੇ ਫੇ ਮੈਨੂੰ ਲੱਗਾ ਕਿ ਜੇ ਇੰਨੇ ਮਤਲਬ ਇਹ ਕਿਊਰੀਸ ਆ ਮੈਂ ਉਦੋਂ ਹੀ ਆਨਲਾਈਨ ਪੜ੍ਹਨੀਆਂ ਸ਼ੁਰੂ ਕਰਤੀਆਂ ਤੇ ਆ ਹੁਣ ਵੀ ਮੈਂ ਦੇਖਦਾ ਜਦਾਂ ਆਪਣੇ ਟਿਕਟੋਕ ਤੇ ਇੰਸਟਾਗ੍ਰam ਤੇ ਤੇ ਚਲੋ ਆਪਣੇ ਬੰਦੇ ਯੂਸਲੀ ਹੁੰਦੇ ਆ ਆ ਇੱਕ ਮੀ ਯੂਸਲੀ ਮੀਮਸ ਲਈ ਯੂਜ਼ ਹੁੰਦੀ ਆ ਆਈ ਐਮ ਗੁਰੂ ਵੈਬਸਾਈਟ ਉਹਦੇ ਤੇ ਇੰਨੇ ਗੋਰੀਆਂ ਦੇ ਕਮੈਂਟਸ ਆਉਂਦੇ ਆ ਨਾ ਉਹਨਾਂ ਨੇ ਮਤਲਬ ਪਹਿਲਾਂ ਦੇਖਿਆ ਹੀ ਨਹੀਂ ਇਹ ਵੀ ਪੱਗ ਬੰਨ੍ਹਦੇ ਕਿੱਦਾਂ ਐ ਪ੍ਰੇਪੇਅਰ ਕਿੱਦਾਂ ਕਰਦੇ ਆ ਕਾਦੋਂ ਬੰਨ੍ਹਦੇ ਸੋ ਐਕਸਪੋਜ਼ਰ ਮਿਲਦਾ ਆਪਣੇ ਕਲਚਰ ਬਾਰੇ ਲੋਕਾਂ ਨੂੰ ਪਤਾ ਲੱਗਦਾ ਜੀ ਪ੍ਰੋਸੈਸ ਬਾਰੇ ਪਤਾ ਲੱਗਦਾ ਵਧੀਆ ਗੱਲ ਆ ਇਹ ਆ ਤੇ ਗੁਜੀ ਤਸੋ ਵੀ ਤੁਸੀਂ ਹੁਣ ਤੱਕ ਕਿੰਨੇ ਕਲੈਂਟਸ ਦੇ ਜਾਂ ਕਿੰਨੇ ਕ ਆਪਣੇ ਫਰੈਂਡਸ ਦੇ ਟੋਟਲ ਪੱਗਾਂ ਬਣੀਆਂ ਹੋਣਗੀਆਂ ਜੇ ਗਿਣਤੀ ਕਰਨੀ ਹੋਵੇ ਅਪ੍ਰੋਕਸੀਮੇਟਲੀ ਗਿਣਤੀ ਤੇ ਮੁਸ਼ਕਲ ਆ ਇਦਾਂ ਕਈ ਵਾਰ ਇਦਾਂ ਵੀ ਹੋ ਜਾਂਦਾ ਜਿੱਦਾਂ ਜਦੋਂ ਵਿਸਾਖੀ ਪਲੇਡ ਹੁੰਣ ਤੇ ਚਲੋ ਕਾਫੀ ਸਾਲ ਸਾਲ ਹੀ ਹੋ ਗਏ ਕਿ ਵੱਡੇ ਲੈਵਲ ਤੇ ਹੋਈ ਨਹੀਂ ਉਹ ਜਿਹੜੇ ਦਿਨ ਹੁੰਦੇ ਆ ਉਸ ਦਿਨ ਸਾਨੂੰ ਚੇਤਾ ਵੀ ਆਈ ਥਿੰਕ 2019 ਤੇ 2018 ਚ ਜਦੋਂ ਲਾਸਟ ਟਾਈਮ ਹੋਈ ਸੀ ਹਾਂਜੀ ਤੇ ਅਸੀਂ ਪੂਣੀਆਂ ਇੰਨੀਆਂ ਕੀਤੀਆਂ ਸੀ ਵੀ ਜਿਹੜਾ ਡੋਰ ਹੈਂਡਲ ਆ ਉਹ ਟੁੱਟ ਗਿਆ ਸੀ ਸਾਡਾ ਵੀ ਖਚ-ਖਚ ਕੇ ਹਨਾ ਵੀ ਸਵੇਰ ਨੂੰ ਸਾਰੇ ਆਈ ਜਾਣ ਵੀ ਭਾਰੀ ਮੇਰੇ ਵੀ ਬੰਦੇ ਮੇਰੇ ਵੀ ਬੰਦੇ ਤੇ ਉਹਦੇ ਤੋਂ ਬਾਅਦ ਚ ਪਹਿਲਾਂ ਸਵੇਰੇ ਬੰਨੀ ਆ ਸਵੇਰੇ 9 ਵਜੇ ਤੋਂ ਜਿੱਦਾਂ ਸਟਾਰਟ ਹੋ ਗਿਆ ਤੇ ਫੇ ਉੱਥੇ ਜਾ ਕੇ ਉੱਥੇ ਵੀ ਨਾਲ ਬਣਾਉਣ ਲੱਗੇ ਸੋ ਉਹ ਜੇ ਇੰਨਾ ਕਾਊਂਟ ਕਰੀਏ ਫੇ ਤਾਂ ਹਜ਼ਾਰਾਂ ਚ ਹੋ ਜਾਣੇ ਹਾਂਜੀ ਨੰਬਰ ਲਾ ਨਹੀਂ ਸਕਦੇ ਫੇ ਯਾ ਨੰਬਰ ਲਾ ਨਹੀਂ ਸਕਦੇ ਤੇ ਬੜ ਕਾਫੀ ਹੋ ਜਾਂਦੇ ਸਪੈਸ਼ਲੀ ਇਦਾਂ ਜਦੋਂ ਵੱਡੇ ਇਵੈਂਟਸ ਹੁੰਦੇ ਆ ਹੂੰ ਤੇ ਜੇ ਲਾਈ ਜਦਾਂ ਆਪਣੇ ਕਲਾਇੰਟਸ ਵੀ ਇੱਥੇ ਆਪਣੇ ਹਜੇ ਫੇ ਵੀ ਥੋੜਾ ਜਿਹਾ ਘਟਿਆ ਯੂ ਐਸ ਚ ਮੈਂ ਜਨਵਰੀ ਗਿਆ ਹਾਂ ਉਹਨਾਂ ਦੇ ਬੰਦੇ ਇਦਾਂ ਹੁੰਦੇ ਆ ਵੀ 20 ਬੰਦੇ ਮਤਲਬ 20 ਬੰਦੇ ਨੇ ਪੱਗਾ ਮਰਣੀਆਂ 30 ਬੰਦਿਆਂ ਨੇ ਪੱਗਾ ਮਰਣੀਆਂ ਆਪਣੀ ਯੂਸੂਲੀ 5 7 10 ਹੈ ਨਾ ਸੋ ਡਿਪੈਂਡ ਕਰਦਾ ਕਲਾਇੰਟ ਤੇ ਪਰ ਕਾਫੀ ਹੋ ਜਾਂਦੇ ਆ ਹਮ ਯਾ ਫਿਰ ਥੋੜਾ ਤੋਂ ਲੈਸਨ ਲੈਣੇ ਪਣਿਆ ਹੁਣ ਯਾਰ ਐਕਚੁਅਲੀ ਕਾਫੀ ਕਾਲਸ ਆਉਂਦੀਆਂ ਨੇ ਇੰਦੀਆਂ ਮੈਂ ਹੁਣ ਜਿੱਦਾਂ ਫੁੱਲ ਟਾਈਮ ਕੰਮ ਕਰਦਾ ਆ ਤੇ ਟਾਈਮ ਨਹੀਂ ਮਿਲਦਾ ਹਾਂਜੀ ਨਹੀਂ ਤੇ ਕਰਨ ਕਿਤੇ ਜੇ ਮਤਲਬ ਬਰਮਦਮ ਨੇ ਸਬਾਬ ਬਣਾਇਆ ਹਾਂਜੀ ਤੇ ਜਰੂਰ ਹੌਲੀ ਹੌਲੀ ਕਿਤੇ ਕਰਾਂਗੇ ਆਫ ਕர்ஸ் ਆਫ ਕர்ஸ் ਸੋ ਆਬਵੀਸਲੀ ਗੁਰਜੀਤ ਜੀ ਤੁਸੀਂ ਆ ਇੰਨੀ ਵਧੀਆ ਪਾਗ ਬੰਨਦੇ ਹੋ ਐਂਡ ਇੰਨਾ ਤੁਹਾਡਾ ਮੋਹ ਆ ਪੱਗ ਦੇ ਨਾਲ ਦਸਤਾਰ ਦੇ ਨਾਲ ਸਾਨੂੰ ਥੋੜਾ ਚਾਹੀਏ ਵੀ ਦੱਸੋ ਕਿ ਇਹ ਸ਼ੁਰੂ ਕਿੱਥੋਂ ਹੋਇਆ ਕਿੱਥੋਂ ਤੁਹਾਨੂੰ ਮੋਟੀਵੇਸ਼ਨ ਮਿਲੀ ਇਹਦੀ ਐਂਡ ਇਹ ਵੀ ਜ਼ਰੂਰ ਜਾਨਣਾ ਚਾਹਾਂਗੇ ਕਿ ਸਭ ਤੋਂ ਪਹਿਲਾਂ ਤੁਸੀਂ ਪੱਗ ਬੰਨਣੀ ਸਿੱਖੀ ਕਿਹਦੇ ਤੋਂ ਸੀ ਇਹ ਜ਼ਰੂਰ ਜੀ ਸੋ ਉਦੋਂ ਮੈਂ ਇੰਡੀਆ ਹੁੰਦਾ ਸੀਗਾ ਹੌਸਟਲ 'ਚ ਪੜ੍ਹਦੇ ਹੁੰਦੇ ਸੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਤੇ ਡਿਪਲੋਮਾ ਕਰਦਾ ਸੀ ਮੈਂ ਤੇ ਸਾਡੇ ਉੱਥੇ ਟੀਚਰ ਹੁੰਦੇ ਸੀ ਉਹ ਨਾ ਸਾਨੂੰ ਕਲਾਸ 'ਚ ਬੜਨ ਨਹੀਂ ਸੀ ਦਿੰਦੇ ਜੇ ਜਿੱਦਾਂ ਅਸੀਂ ਪਟਕੀ ਬਨ ਕੇ ਚੱਲ ਜਾਈਏ ਸੋ ਅੱਜ ਇੱਕ ਤੇ ਉਹ ਹੋ ਗਿਆ ਦੂਜੇ ਸਾਡੇ ਸੀਨੀਅਰ ਹੁੰਦੇ ਸੀਗੇ ਤੇ ਉਹਨਾਂ ਨੂੰ ਵੀ ਹੁੰਦਾ ਸੀ ਵੀ ਕਿਸੇ ਤਰ੍ਹਾਂ ਉਹਨਾਂ ਨੇ ਆਪਣਾ ਜਦਾਂ ਦਿਖਾਉਣਾ ਹੁੰਦਾ ਸੀ ਵੀ ਅਸੀਂ ਸੀਨੀਅਰ ਆ ਹਾਂਜੀ ਸੋ ਉਹਨਾਂ ਲਈ ਟੂਲ ਸੀਗਾ ਕਿ ਉਦਾਂ ਤੇ ਉਹ ਕਹਿ ਨਹੀਂ ਸਕਦੇ ਕੋਈ ਜੇ ਕਹਿੰਦੇ ਤਾਂ ਫਿਰ ਰੈਕਿੰਗ ਚ ਆਉਂਦਾ ਸੀ ਵੀ ਇਹ ਗੰਤ ਕਰਦੇ ਆ ਨਾ ਸੋ ਉਹਨਾਂ ਕੋਲ ਇਹੀ ਟੂਲ ਸੀ ਵੀ ਪੱਗਾਂ ਦਾ ਪ੍ਰਭਾਵ ਇਹਨਾਂ ਤੇ ਫੋੜਾ ਵੀ ਤੁਹਾਨੂੰ ਪੱਗ ਦੀ ਵੜਣੀ ਆਉਂਦੀ ਮੁੰਡਿਓ ਹਣਾ ਆ ਕੇ ਪੱਗ ਸਿੱਖੋ ਹਾਂਜੀ ਤੇ ਉਦੋਂ ਤੇ ਮੈਨੂੰ ਇਹਨਾਂ ਵਧੀਆ ਨਹੀਂ ਸੀ ਲੱਗਦਾ ਹੁੰਦਾ ਉਹਨਾਂ ਨੇ ਮੈਨੂੰ ਸਵੇਰ ਤੋਂ ਸ਼ੁਰੂ ਕਰ ਲੈਣਾ ਭਾਜੀ ਹੋਣੀ ਤੇ ਅਮ ਜਦੋਂ ਆਸੀ ਲੱਗ ਜਾਣਾ ਪੱਗਾ ਬੰਨਣ ਤੇ ਉਦੋਂ ਨਾ ਹੀ ਵਧੀਆ ਬੰਨ ਹੋਣੀ ਤੇ ਬੰਦਾ ਮਤਲਬ ਫਰਸਟ੍ਰੇਟ ਹੋ ਜਾਂਦਾ ਤੇ ਪਰ ਉਹ ਫੇ ਕਰਨਾ ਪੈਂਦਾ ਸੀ ਕਿਉਂਕਿ ਕਲਾਸ ਤੋਂ ਤਾਂ ਐਂਟਰੀ ਨਹੀਂ ਸੀ ਹੁੰਦੀ ਸੋ ਜਿੱਦਾਂ ਦੀ ਵੱਜਣੀ ਜੋ ਵੀ ਹਨਾ ਉਦੋਂ ਹੱਥ ਨੇ ਜਿੱਦਾਂ ਦਾ ਕਮਾਲ ਕਰਨਾ ਚੱਲ ਜਾਣਾ ਉੱਥੇ ਤੇ ਪਰ ਉਹ ਏਜ ਥੋੜੀ ਕਿੰਨੀ ਹੋ ਗਈ ਉਦੋਂ ਆਰਾਊਂਡ 17 18 ਅੱਛਾ ਅੱਛਾ ਹਾਂਜੀ ਹਾਂਜੀ ਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਐਕਸਪੀਰੀਅੰਸ ਹੁੰਦਾ ਗਿਆ ਤੇ ਫਿਰ ਹੌਲੀ ਹੌਲੀ ਸੁਧਾਰ ਹੋਈ ਗਿਆ ਭੱਗ 'ਚ ਤੇ ਇਸ ਟਾਈਮ ਵੀ ਜਿੱਦਾਂ ਤੁਹਾਨੂੰ ਲੱਗਦਾ ਕਿ ਬਾਲੀ ਵਧੀਆ ਬੰਦ ਜਿਹੜੇ ਮੈਚ ਦਾ ਇੰਡੀਆ ਦੇਖ ਕੇ ਆਇਆ ਨਾ ਜਦੋਂ ਨਵੇਂ ਸਟਾਈਲ ਕੱਢਦੇ ਆ ਇੱਥੇ ਚਲੋ ਅਸੀਂ ਕੰਮਾਂ 'ਚ ਬਿਜ਼ੀ ਹੋਈਦਾ ਹਨਾ 9 ਟੂ 5 ਚਲਵਾ ਕੇ ਸਮਝੋ ਤੇ ਉਹ ਜਿਹੜੀ ਮਤਲਬ ਪਾਗਲੀ ਹੁਣ ਤਸ਼ੱਦਦ ਜਿਹੜਾ ਨਵੀਂ ਜਨਰੇਸ਼ਨ ਨੂੰ ਲਾ ਰਿਹਾ ਉਤੋਂ ਦੇ ਜਿਹੜੇ ਟਰਬਨ ਟਾਈਂਗ ਵਾਲੇ ਹਨ ਉਹ ਮੈਂ ਦੇਖਦਾ ਹੁਣ ਨਵੇਂ ਸਟਾਈਲ ਵੱਖਰੇ ਵੱਖਰੇ ਤਰ੍ਹਾਂ ਦੇ ਕੋਈ ਕੁਸ਼ ਬਣਾ ਦਿੰਦਾ ਮਤਲਬ ਚਲੋ ਕਈ ਲੋਕੀ ਫਿਰ ਉਹਨੂੰ ਇਹ ਵੀ ਕਹਿੰਦੇ ਆ ਵੀ ਇਹ ਫੈਸ਼ਨ ਐਸੈਸਰੀ ਤੁਸੀਂ ਯੂਜ਼ ਕਰਦੇ ਆ ਨਾ ਕੋਈ ਕਈ ਲੋਕੀ ਨਹੀਂ ਉਹਨੂੰ ਵਧੀਆ ਮੰਨਦੇ ਪਰ ਮੈਨੂੰ ਇੰਨਾ ਵਧੀਆ ਲੱਗਦਾ ਕਿ ਉਹਦੇ ਨਾਲ ਫਿਰ ਨਵੀਆਂ ਜਿਹੜਾ ਯੂਥ ਆ ਨਾ ਉਹ ਟਰੈਕਟ ਬਹੁਤ ਹੁੰਦਾ ਜੀ ਤੇ ਜਿੱਦਾਂ ਹੁਣ ਸਿੰਗਰਜ਼ ਦੇ ਵੀ ਨਵੇਂ ਵੱਖਰੇ ਸਟਾਈਲ ਸਿਗੇ ਸਿੰਗਰਜ਼ ਤੋਂ ਆਪਣੇ ਹੁਣ ਯੂਥ ਨੂੰ ਫੇਰ ਇੰਟਰਸਟ ਦੁਬਾਰਾ ਬਣੇ ਪੱਗ ਸੋ ਇੰਡੀਆ ਚ ਬਹੁਤ ਬਹੁ ਹਾਈ ਲੈਵਲ ਦੇ ਆ ਬੰਦੇ ਬਹੁਤ ਤਾਂ ਤਾਂ ਬੈਠੇ ਆ ਮੈਂ ਇੰਨਾ ਵੀ ਨਹੀਂ ਮਤਲਬ ਹੈਗਾ ਕਿ ਆਪਣੇ ਲਈ ਚਲੋ ਸਹੀ ਆ ਬਣ ਲਈ ਪਰ ਬਹੁਤ ਵਧੀਆ ਬੰਦੇ ਆ ਤਾਂ ਦੇਖ ਲਓ ਟੈਲੈਂਟ ਦੇ ਨਾਲ ਨਾਲ ਮੁੰਡਾ ਹੰਬਲ ਵੀ ਬਹੁਤ ਆ ਨਹੀਂ ਨਹੀਂ ਇਹ ਸਚਾਈ ਹੈ ਅੱਛੇ ਗੁਰਜੀਤ ਜੀ ਤੁਸੀਂ ਸਟਾਈਲ ਦੀ ਗੱਲ ਕਰ ਰਹੇ ਹੋ ਹੁਣ ਸਟਾਈਲ ਤਾਂ ਜਿਵੇਂ ਤੁਸੀਂ ਕਿਆ ਬਦਲਦੇ ਰਹਿੰਦੇ ਆ ਜਿਹੜਾ ਚੱਲ ਰਿਹਾ ਹੁੰਦਾ ਆ ਜਿਹੜਾ ਪਪੂਲਰ ਹੁੰਦਾ ਉਹ ਸਟਾਈਲ ਬਦਲਦਾ ਰਹਿੰਦਾ ਆ ਹਾਂਜੀ ਇੱਕਰ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਵੀ ਵੱਖਰੇ ਵੱਖਰੇ ਸਟਾਈਲ ਹੈਗੇ ਕਿਹੜੇ-ਕਿਹੜੇ ਆ ਕਿਉਂਕਿ ਕਈਆਂ ਨੂੰ ਹੋ ਸਕਦਾ ਵੀ ਨਾਂ ਪਤਾ ਪਤਾ ਹੋਵੇ ਮੇਰੇ ਵਰਗਿਆਂ ਨੂੰ ਤੇ ਇਹ ਵੀ ਦੱਸੋ ਫਿਰ ਵੀ ਜਿਉਂ-ਜਿਉਂ ਸਾਲ ਅੱਗੇ ਵਧਦੇ ਜਾਂਦੇ ਆ ਡੈਕੇਡਸ ਚੇਂਜ ਹੁੰਦੇ ਜਾਂਦੇ ਆ ਜਿਹੜੇ ਨਵੇਂ ਸਟਾਈਲ ਨੇ ਜਾਂ ਕਈ ਵਾਰੀ ਪੁਰਾਣੇ ਮੁੜ ਕੇ ਆ ਜਾਂਦੇ ਆ ਹੈਨਾ ਇਹ ਕਿਦਾਂ ਉੱਬਰ ਕੇ ਆਉਂਦੇ ਆ ਸੋ ਥੋੜੀ ਜਿਹੀ ਪੱਗ ਦੇ ਜਿਹੜੇ ਸਟਾਈਲਸ ਆ ਵੱਖਰੇ-ਵੱਖਰੇ ਕੱਪੜੇ ਵੀ ਆ ਇਹਨਾਂ ਬਾਰੇ ਵੀ ਥੋੜਾ ਜਿਹਾ ਸਾਨੂੰ ਜਾਣੂ ਕਰਾਓ ਜਿੰਨਾ ਕਿ ਜਦਾਂ ਮੇਰੀ ਰਿਸਰਚ ਅਕੋਰਡਿੰਗ ਜਬ ਮੇਰੀ ਜਿੰਨੀ ਕਿ ਇਨਫੋਰਮੇਸ਼ਨ ਨੋਲੇਜ ਆ ਉਦੇ ਅਕੋਰਡਿੰਗ ਮੈਨੂੰ ਜਿੰਨਾ ਕੋ ਪਤਾ ਆ ਕਿ ਪਹਿਲਾਂ ਤਾਂ ਆਪਣੇ ਅ ਪੱਗਾਂ ਜਿਹੜੇ ਬੜਾ ਸੇ ਹੁੰਦੇ ਸੀ ਉਦਾਂ ਹੀ ਆਮ ਬੜ ਲੈਣੀ ਹਨਾ ਪਹਿਲਾਂ ਪੁਰਾਣੇ ਬਜ਼ੁਰਗ ਤੇ ਇਦਾਂ ਬੰਦੇ ਸੀ ਫਿਰ ਜਿਹੜੇ ਜਿੱਦਾਂ ਇੱਕ ਯੂਕੇ ਦੀ ਗਵਰਨਮੈਂਟ ਜਦੋਂ ਫਿਰ ਆਪਣੇ ਉੱਤੇ ਰਾਜ ਹੋਇਆ ਇੰਡੀਆ ਉਹਨਾਂ ਨੇ ਫਿਰ ਆ ਜਿਹੜੇ ਹੁਣ ਲਾੜ ਪਾਉਂਦੇ ਆ ਆਪਾਂ ਪੇਚ ਬਣਾਉਂਦੇ ਆ ਉਹਨਾਂ ਨੇ ਫਿਰ ਫੌਜ ਤੋਂ ਸ਼ੁਰੂ ਹੋਇਆ ਜਿੰਨਾ ਕੋ ਮੈਂ ਸੁਣਿਆ ਉੱਥੇ ਤੇ ਇੱਕ ਆਈ ਥਿੰਕ ਕੀਨੀਆਂ ਦੇ ਸਿੱਖ ਜਿਹੜੇ ਜੀ ਉਹਨਾਂ ਨੇ ਮਤਲਬ ਇਹ ਸਟਾਈਲ ਸ਼ੁਰੂ ਕੀਤਾ ਜਿਹੜੇ ਲੜ ਬਣਾਉਣੇ ਫਿਰ ਉਸ ਤੋਂ ਬਾਅਦ ਪਪੂਲਰ ਹੁੰਦਾ ਗਿਆ ਤੇ ਉਹ ਉਦੋਂ ਫਿਰ ਇੰਦਰਜੀਤ ਨਿਕੂ ਹੁਣੀ ਆ ਗਿਆ ਉਹਨਾਂ ਨੇ ਫਿਰ ਮੇਨ ਪਪੂਲਰਾਈਜ਼ ਕੀਤਾ ਵੀ ਜਿਹੜੀ ਸਫਾਈ ਉਹਨਾਂ ਦੀ ਸੀਗੀ ਹਨਾ ਜਿੰਨੀ ਵਧੀਆ ਪਾਗੋ ਬੰਦੇ ਸੀ ਤੇ ਫੇਰ ਉਹ ਤੋਂ ਬਾਅਦ ਫੇਰ ਅੱਗੇ ਸਿੰਗਰਸ ਵਗੈਰਾ ਜਿਹੜੇ ਨਵੇਂ ਆਉਂਦੇ ਰਹਿ ਉਹਦੇ ਨਾਲ ਪੱਗ ਦੀ ਬਹੁਤ ਪ੍ਰਮੋਸ਼ਨ ਹੋਈ ਹੁਣ ਸਪੈਸ਼ਲੀ ਜਦੋਂ ਵਟਾਂ ਵਾਲੀ ਪੱਗ ਆ ਜਿਹੜੇ ਉਹਦੇ ਵਿੱਚ ਰਿੰਕਲਸ ਹੁੰਦੇ ਆ ਹਾਂਜੀ ਉਹ ਹੁਣ ਤਰਸੇਮ ਜਸੜੂਣੀ ਹੋ ਗਿਆ ਜਦੋਂ ਇਵਨ ਬਾਕੀ ਸਿੰਗਰ ਜਾਰਡਨ ਸੰਧੂਣੀ ਹੋ ਗਿਆ ਇਹ ਹੁਣ ਸਾਰੇ ਵਟਾਂ ਜਾਂ ਵਾਲੀ ਬੰਦੇ ਇਵਨ ਦਿਲਜੀਤ ਦਸਾਂਝ ਹੋਣੀ ਵੀ ਨਾ ਸੋ ਕੋਈ ਉਹਦੇ ਵਿੱਚ ਕਲੀਨ ਪੇਚ ਨਹੀਂ ਹੁੰਦੇ ਉਹ ਵਾਲ ਪਾ ਕੇ ਬੰਦੇ ਆ ਉਹ ਕਾਫੀ ਪੌਪੂਲਰ ਆ ਯੂਥ ਲਈ ਤੇ ਪਟਿਆਲਾ ਸ਼ਾਹੀ ਹੁੰਦੀ ਸੀ ਉਹ ਪਹਿਲਾਂ ਕਾਫੀ ਪਪੂਲਰ ਸੀ ਹੁਣ ਇੰਨਾ ਜ਼ਿਆਦਾ ਨਹੀਂ ਹੈਗਾ ਹੁਣ ਆਪਣੇ ਇਥੇ ਅਜੇ ਫੇ ਵੀ ਮੋਰਨਿੰਗ ਚਲ ਜਾਂਦੀ ਜਿਹੜੀ ਜਿੱਦਾਂ ਅ ਇੰਦਰੀਜ ਨਿਕੂ ਸਟਾਈਲ ਆ ਹਾਂਜੀ ਕਿਉਂਕਿ ਉਹ ਫਾਰਮਲ ਆ ਜਾਂਦੀ ਫਾਰਮਲ ਇਵੈਂਟ ਲਈ ਹੁਣ ਜੇ ਮੰਨ ਲਓ ਤੁਸੀਂ ਵੈਡਿੰਗ ਤੇ ਜਾਣਾ ਹੈ ਸਪੈਸ਼ਲੀ ਗਰੂਮ ਤੇ ਗਰੂਮ ਲਾਈਕ ਕਰਦੇ ਆ ਵੀ ਉਹ ਜਿਹੜੀ ਕਲੀਨ ਲੁੱਕ ਹੋਵੇ ਨਾ ਤੇ ਜਿਹੜੀ ਆ ਵਟਾਂ ਵਾਲੀ ਜਾਂ ਪਟਿਆਲਾ ਸ਼ਾਹੀ ਉਹ ਜੇ ਤੁਸੀਂ ਪਾਰਟੀ ਤੇ ਜਾਣਾ ਪਾਰਟੀ ਵਾਈਬ ਆਣਾ ਤੁਸੀਂ ਫਰੈਂਡਸ ਦੇ ਨਾਲ ਆਊਟ ਜਾਣਾ ਕਿਤੇ ਆਊਟਿੰਗ ਕਰਨੀ ਉਹਦੇ ਲਈ ਫਿਰ ਉਹ ਯੂਥ ਪਸੰਦ ਕਰਦਾ ਤੇ ਇੰਡੀਆ ਵਿੱਚ ਜਿਹੜਾ ਮੈਂ ਦੇਖ ਕੇ ਆਇਆ ਉੱਥੇ ਮੋਸਟਲੀ ਵਟਾਂ ਵਾਲੀ ਬੰਦੇ ਈਵਨ ਗਰੂਮਸ ਉਹ ਵੀ ਜਿਹੜਾ ਰੌ ਜਿਹੜਾ ਰਫ ਜਿਹਾ ਸਟਾਈਲ ਆ ਉਹ ਪਸੰਦ ਕਰਦੇ ਆ ਹਾਂਜੀ ਸੋ ਹੁਣ ਕਿਹੜੀ ਪੱਗ ਟ੍ਰੈਂਡਿੰਗ ਆ ਸੋ ਹੁਣ ਜ਼ਿਆਦਾ ਕਿਹੜੀ ਚੱਲ ਰਹੀ ਆ ਹਾਂ ਇੰਡੀਆ ਦੇ ਵਿੱਚ ਵਟਾਂ ਵਾਲੀ ਆ ਅੱਛਾ ਤੇ ਇੱਥੇ ਅਜੇ ਵੀ ਜਿਹੜੇ ਤਾਂ ਫਾਰਮਲ ਇਵੈਂਟਸ ਆ ਉਹਨਾਂ ਲਈ ਸਟਿਲ ਮੋਰਨਿੰਗ ਚੱਲ ਰਹੀ ਹੈ ਹਾਂਜੀ ਅੱਛਾ ਜੀ ਅੱਛਾ ਐਂਡ ਤੁਸੀਂ ਕਹਿ ਰਹੇ ਸੀਗੇ ਗੁਰਜੀਤ ਕੇ ਅ ਬਹੁਤ ਜ਼ਿਆਦਾ ਲੋਕੀ ਨੇ ਜਿਹੜੇ ਆਪਣੀ ਕਮਿਊਨਿਟੀ ਤੋਂ ਨਹੀਂ ਹੈਗੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ ਹਾਂਜੀ ਜਾਂ ਇਵਨ ਆਪਣੀ ਕਮਿਊਨਿਟੀ ਤੋਂ ਵੀ ਕਈ ਵਾਰੀ ਨਹੀਂ ਨਾ ਪਤਾ ਹੁੰਦਾ ਲੋਕਾਂ ਨੂੰ ਪੱਗ ਦੇ ਬਾਰੇ ਤੁਸੀਂ ਦੱਸਦੇ ਸੀ ਕਈ ਵਾਰੀ ਪੁੱਛ ਲੈਂਦੇ ਤੁਹਾਨੂੰ ਵੀ ਤੁਹਾਡਾ ਸਿਰ ਨਹੀਂ ਦੁਖਦਾ ਹੈਗਾ ਦੱਸਿਓ दैट ਇਦਾਂ ਹੋਇਆ ਤੁਹਾਡੇ ਨਾਲ ਕਈ ਵਾਰੀ ਕਿ ਕੋਈ ਮਿਸਕਨਸੈਪਸ਼ਨ ਜਾਂ ਕੋਈ ਮਿਸ ਇਨਫਰਮੇਸ਼ਨ ਕਿਸੇ ਦੇ ਕੋਲ ਹੋਵੇ ਪੱਗ ਦੇ ਬਾਰੇ ਜਾਂ ਕਿਸ ਨੂੰ ਬਹੁਤਾ ਨਾ ਪਤਾ ਹੋਵੇ ਜਾਂ ਉਹਨਾਂ ਨੇ ਕੋਈ ਕਮੈਂਟ ਵਗੈਰਾ ਪਾਸ ਕੀਤਾ ਹੋਵੇ ਹਾਂਜੀ ਇਦਾਂ ਕਦੇ ਹੋਇਆ ਤੇ ਫਿਰ ਤੁਸੀਂ ਕਿਵੇਂ ਡੀਲ ਕਰਦੇ ਹੋ ਇਹ ਜਿਹੇ ਸਿਚੁਏਸ਼ਨਸ ਦੇ ਨਾਲ ਇਹ ਇੱਥੇ ਉਦੋਂ ਲੋਕਲੀ ਵੀ ਹੁੰਦਾ ਰਹਿੰਦਾ ਬਟ ਮੋਸਟਲੀ ਜਿਹੜਾ ਜਿੱਦਾਂ ਮੈਨੂੰ ਵਿਵਰਲੀ ਜ਼ਿਆਦਾ ਹੈ ਆਪਣੇ ਆਨਲਾਈਨ ਜਿਹੜੇ ਸਪੈਸ਼ਲੀ ਗੋਰੇ ਹਨ ਉਹਨਾਂ ਨੂੰ ਮਿਸਕਨਸੈਪਸ਼ਨਸ ਕਾਫੀ ਆ ਪੱਗ ਬਾਰੇ ਇੱਕ ਮੋਸਟਲੀ ਨੂੰ ਇਹੀ ਲੱਗਦਾ ਕਿ ਪੱਗ ਹੈਗੀ ਆ ਇਸਲਾਮ ਨਾਲ ਰਿਲੇਟਡ ਉਹਨਾਂ ਨੂੰ ਕਈਆਂ ਨੂੰ ਐਕਸਪੋਜ਼ਰ ਹੀ ਨਹੀਂ ਹੈਗਾ ਵੀ ਸਿੱਖੀ ਜੰਬੀ ਹੈ ਕਿ ਜਿੱਦਾਂ ਪੰਜਾਬ ਚ ਹੈ ਕਿ ਹੋਇਆ ਇੱਕ ਪਾਰਟ ਆ ਨਾ ਉੱਥੇ ਸਿੱਖ ਰਹਿੰਦੇ ਆ ਉਹ ਵੀ ਪੱਗ ਬੰਨਦੇ ਤੇ ਦੂਜਾ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਇਦਾਂ ਲੱਗਦਾ ਕਿ ਇਹ ਜਿੱਦਾਂ ਇਦੇ ਬਾਰੇ ਕੋਈ ਫੋਬੀਆ ਆ ਜੇ ਪੱਗ ਨੂੰ ਹੱਥ ਲਾਤਾ ਤੇ ਉਹ ਇਦਾਂ ਹੋ ਜਾਣਾ ਜਾਂ ਪੱਗ ਮਤਲਬ ਉੱਪਰ نیچے ਹੋ ਗਈ ਇਦਾਂ ਹੋ ਜਾਣਾ ਉਹਨਾਂ ਨੂੰ ਕਾਫੀ ਲੱਗਦਾ ਜੇ ਪੱਗ ਇੱਕ ਵਾਰ ਬੰਨ ਲਈ ਫਿਰ ਲਾਉਣੀ ਨਹੀਂ ਜਾਂ ਮਤਲਬ ਜੇ ਤੁਹਾਡੇ ਪੱਗ ਬੰਨੀਆਂ ਤਾਂ ਮਤਲਬ ਕੋਈ ਹੱਥ ਲਾ ਸਕਦਾ ਕਿ ਨਹੀਂ ਮਤਲਬ ਕਾਫੀ ਚੀਜ਼ਾਂ ਇਦਾਂ ਦੀਆਂ ਕਮੈਂਟਸ ਕਰਦੇ ਰਹਿੰਦੇ ਜਦੋਂ ਮੈਂ ਇਦਾਂ ਵੀਡੀਓਜ਼ ਵਗੈਰਾ ਪਾਉਣਾ ਤੇ ਫਿਰ ਉਹਨਾਂ ਨੂੰ ਫਿਰ ਜਿੰਨਾ ਸਗੋਂ ਮੈਨੂੰ ਆਪਣੇ ਆਪ ਨੂੰ ਵੀ ਥੋੜਾ ਜਿਹਾ ਚੀਜ਼ਾਂ ਕਲੀਅਰ ਹੋਈਆਂ ਕਿਉਂਕਿ ਕਈ ਵਾਰ ਆਪਾਂ ਸੋਚਦੇ ਨਹੀਂ ਜਦਾਂ ਪੰਜਾਬ 'ਚ ਜਮਿਆਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਕੋਈ ਇਦਾਂ ਸੋਚੂਗਾ ਕਿ ਪਾਗ ਨੂੰ ਹੱਥ ਨਹੀਂ ਲਾਉਣਾ ਵੀ ਪਰ ਹੁਣ ਜਦੋਂ ਉਹ ਸੈਂਸ ਵੀ ਬਣਦੀ ਹੈ ਕਿਉਂਕਿ ਆ ਕਿ ਗੋਰੇ ਲਈ ਉਹਨੇ ਕਦੇ ਦੇਖੀ ਨਹੀਂ ਚੀਜ਼ ਉਹ ਆ ਕੇ ਜਦੋਂ ਟੱਚ ਕਰਨ ਲੱਗ ਜਵੇ ਵੀ ਇਹ ਕੀ ਆ ਇਹ ਕੀ ਆ ਹਨਾ ਤੇ ਉਹ ਮਤਲਬ ਆਬਵੀਅਸਲੀ ਮੇਬੀ ਜਿਹੜਾ ਬੈਠਾ ਉਹਨੂੰ ਡਿਸਰੈਸਪੈਕਟਫੁਲ ਲੱਗ ਸਕਦਾ ਨਾ ਸੋ ਉਫੇ ਉਹਨਾਂ ਨਾਲ ਜਿੰਨੇ ਕਿ ਉਦੋਂ ਹੁੰਦੀ ਆ ਸਮਝ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹਦੇ ਮਤਲਬ ਪਗ ਬਾਰੇ ਕੋਈ ਫੋਬੀਆ ਨਹੀਂ ਹੈਗਾ ਇਹਦੇ ਲਈ ਰਿਲੀਜੀਅਨ ਵੀ ਹੈਗਾ ਆ ਟੈਸਟ ਤੇ ਪਰ ਮੋਰ ਦਨ ਥੈਟ ਆਪਣਾ ਜਿਹੜਾ ਕਲਚਰ ਆ ਪਗ ਮੇਨਲੀ ਸਪੈਸ਼ਲੀ ਜਿਹੜੀ ਇਸ ਟਾਈਮ ਆਪਾਂ ਬੰਦਦੇ ਆ ਜਿਹੜੀ ਹੁਣ ਮੇਰੇ ਬੰਦੀਆਂ ਚ ਜਿਹੜੇ ਲੋਕੀ ਬਣਾਉਣੋਂ ਆਉਂਦੇ ਆ ਇਹ ਕਲਚਰ ਨਾਲ ਰਿਲੇਟਡ ਆ ਜਿੱਦਾਂ ਸਿੱਖੀਜ਼ਮ ਹੈਗਾ ਆਪਣਾ ਜਿਹੜਾ ਸਪਿਰਚੁਅਲਿਟੀ ਰਿਲੀਜੀਅਨ ਉਹ ਹੈਗਾ ਦਿਮਾਲਾ ਸਟਾਈਲ ਹੋ ਗਿਆ ਜਿੱਦਾਂ ਹਨਾ ਉਹ 골ਦਮਾਲ ਜਿਹੜੇ ਸਜਾਉਂਦੇ ਆ ਉਹ ਉਧਰ ਥੋੜਾ ਆ ਜਾਂਦਾ ਇਹ ਤਾਂ ਹੁਣ ਜਿੱਦਾਂ ਜੇ ਤੁਸੀਂ ਲਾ ਲੀਏ ਫੈਸ਼ਨ ਐਸੈਸਰੀ ਜਾਂ ਕਲਚਰ ਦੇ ਲਈ ਹਾਂਜੀ ਹਾਂਜੀ ਤੇ ਉਧਰ ਆ ਜਾਂਦਾ ਤੇ ਇਦਾਂ ਇਦਾਂ ਨਾ ਕਹ ਕੇ ਇਹਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਕਲਚਰ ਦੀ ਵੀ ਆਪਣੀ ਇੰਪੋਰਟੈਂਸ ਹੈ ਹਾਂਜੀ ਹਾਂਜੀ ਤੇ ਅ ਗੁਜੀ ਜੀ ਇੱਕ ਹੋਰ ਮੇਰੇ ਜ਼ਿਹਨ ਦੇ ਵਿੱਚ ਖਿਆਲ ਆ ਰਿਹਾ ਤੁਸੀਂ ਹੁਣ ਸਾਡਾ ਇੰਨੀਆਂ ਗੱਲਾਂ ਕੀਤੀਆਂ ਯੂ نو ਪੱਗ ਦੇ ਬਾਰੇ ਐਂਡ ਯੂ ਆ ਰਾਈਟ ਕਈ ਵਾਰੀ ਜੇ ਕੋਈ ਚੀਜ਼ ਬਾਰੇ ਪਤਾ ਹੀ ਨਾ ਹੋਵੇ ਫਿਰ ਡਰ ਚ ਲੱਗਦਾ ਰਹਿੰਦਾ ਫਿਰ ਬੰਦਾ ਪੁੱਛਦਾ ਵੀ ਨਹੀਂਗਾ ਜੇ ਪੁੱਛਾਂਗੇ ਐਜੂਕੇਸ਼ਨ ਲਵਾਂਗੇ ਦਵਾਂਗੇ ਸੋ ਆਈ ਥਿੰਕ ਜਿੱਥੇ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਪੱਗ ਬਾਰੇ ਜੇ ਸਾਨੂੰ ਕੋਈ ਪੁੱਛੇ ਤਾਂ ਦਸੀਏ ਅਸੀਂ ਆਪ ਵੀ ਦੱਸ ਸਕਦੇ ਹਾਂ ਅਸੀਂ ਆਪ ਵੀ ਕਨਵਰਸੇਸ਼ਨ ਨੂੰ ਸ਼ੁਰੂ ਕਰ ਸਕਦੇ ਹਾਂ ਸੋ ਆਪਣੇ ਆਪ ਨੂੰ ਐਜੂਕੇਟ ਕਰਨਾ ਵੀ ਬਹੁਤ ਜ਼ਰੂਰੀ ਆ ਖਾਸ ਕਰ ਜਿਹੜੇ ਪੰਜਾਬੀ ਨੇ ਹੁਣ ਜੇ ਤੁਸੀਂ ਪੰਜਾਬ ਤੋਂ ਹੈਗੇ ਹੋ ਜਾਂ ਜੇ ਤੁਹਾਡੇ ਘਰ ਦੇ ਵਿੱਚ ਸਪੈਸ਼ਲੀ ਜੇ ਕੋਈ ਪੱਗ ਬੰਦਦਾ ਜਾਂ ਤੁਸੀਂ ਆਪ ਪੱਗ ਬੰਦਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੋ ਤੁਸੀਂ ਆਪਣੇ ਸਰ ਤੇ ਸਜਾਇਆ ਹੋਇਆ ਇਹਦੀ ਕੀ ਮਹੱਤਤਾ ਹੈ ਇਹਦੀ ਕੀ ਇੰਪੋਰਟੈਂਸ ਆ ਇਹ ਤੁਸੀਂ ਵੀ ਫਿਰ ਦੂਜਿਆਂ ਨੂੰ ਦੱਸ ਸਕਦੇ ਹੋ 100% ਬਟ ਜਿੱਥੇ ਗੱਲ ਆਉਂਦੀ ਹੈ এডੂਕੇਸ਼ਨ ਦੀ ਕਈ ਵਾਰੀ ਬੰਦੇ ਬੰਦ ਜਿਵੇਂ ਤੁਸੀਂ ਵੀ ਦੱਸਿਆ ਯੂ نو ਸਿੱਖਦੇ ਸਿੱਖਦੇ ਬੰਦੇ ਤੋਂ ਗਲਤੀਆਂ ਹੀ ਹੋ ਜਾਂਦੀਆਂ ਨੇ ਜਾਂ ਨਹੀਂ ਕਿਸੇ ਨੂੰ ਵੀ ਹਿਸਾਬ ਨਹੀਂ ਆਉਂਦਾ ਤਾਂ ਤੁਹਾਡੇ ਹਿਸਾਬ ਨਾਲ ਕਿਹੜੀਆਂ ਟੌਪ 2 3 ਇਹੋ ਜੀਆਂ ਗਲਤੀਆਂ ਨੇ ਜੋ ਲੋਕੀ ਕਈ ਵਾਰੀ ਪੱਗ ਬੰਨ ਤੇ ਕਰ ਲੈਂਦੇ ਆ ਜਾਂ ਉਹਨਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ ਨੇ ਐਨੀ ਲਾਈਕ ਮਿਸਟੇਕਸ অর ਈਵਨ ਮਿਥਸ ਅਬਾਊਟ ਪੱਗ ਟਾਈਂਗ ਮ ਮੇ ਮੇਸਤੇ ਮੈਂ ਹੀ ਕਾਫੀ ਸੁਣਿਆ ਕਿ ਜਿੱਦਾਂ ਕਈਆਂ ਨੂੰ ਹੈਗਾ ਲੱਗਦਾ ਕਿ ਜੇ ਇੱਕ ਵਾਰ ਬਨ ਲਈ ਫੇ ਬਾਅਦ ਚ ਲਾਉਣੀ ਨਹੀਂ ਜਾਂ ਜੈਨੂਮਲਰ ਟੱਚ ਨਹੀਂ ਕਰਨ ਜਿਹਨਾਂ ਤੇ ਕਈ ਚੀਜ਼ਾਂ ਦੀ ਸੈਂਸ ਵੀ ਬਣਦੀ ਆ ਮਿਸਟੇਕਸ ਜਿਹੜੀਆਂ ਕਰਦੇ ਆ ਕਈ ਵਾਰ ਜਿਹੜੇ ਆਪਣੇ ਆਨਲਾਈਨ ਮਤਲਬ ਕਈ ਸਿੱਖਦੇ ਆ ਜਿਹੜੇ ਮੋਸਟਲੀ ਪੱਗਾਂ ਆ ਉਹਨਾਂ ਨੂੰ ਸਟਿਚਿੰਗ ਕੀਤੀ ਹੁੰਦੀ ਆ ਅੱਛਾ ਤੇ ਉਹਨਾਂ ਸੀਨ ਪਾ ਕੇ ਉਹ ਡਬਲ ਸਾਈਡਡ ਕਰ ਦਿੰਦੇ ਸੋ ਕਈ ਵਾਰ ਮੇ ਤੋਂ ਆਉਂਦੇ ਕਲਾਇੰਟ ਉਹ ਹਣਾ ਕਹਿਣਗੇ ਭਾਜੀ ਮੈਂ ਬਹੁਤ ਟਰਾਈ ਕਰਦਾ ਤੇ ਪੱਗ ਉਦਾਂ ਦਾ ਸਟਾਈਲ ਬਣਦਾ ਨਹੀਂ ਨਾ ਤੇ ਜਦੋਂ ਉਹਨਾਂ ਦੀ ਪੱਗ ਦੇਖੀ ਦੀ ਆ ਉਹ ਸਿੰਗਲ ਕੱਟ ਹੁੰਦਾ ਜਦਾਂ ਕਪੜਾ ਇੱਕ ਹੈ ਨਾ ਸੋ ਉਹ ਬਣਨਾ ਹੀ ਨਹੀਂ ਸਟਾਈਲ ਉਹ ਤੁਸੀਂ ਹੁਣ ਮਰਜ਼ੀ ਕੋਸ਼ਿਸ਼ ਕਰੀ ਜਾਓ ਤੇ ਉਹਦੇ ਲੜ ਬਣੀ ਜਾਣੇ ਜਿਆਦਾ ਉਹਦੀ ਵੋਲਿਊਮ ਨਹੀਂ ਬਣਨੀ ਸੋ ਉਹ ਇੱਕ ਤਾਂ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਸਟਾਈਲ ਮੈਂ ਬਣਨਾ ਚਾਹੁੰਦਾ ਆ ਉਹ ਸਟਾਈਲ ਦਾ ਕਪੜਾ ਪਹਿਲਾਂ ਪਤਾ ਕਰ ਲਵਾਂ ਵੀ ਮੈਨੂੰ ਪਤਾ ਹੋਵੇ ਕਿਹੜਾ ਕੱਪੜਾ ਆ ਉਹਨੂੰ ਸਟਿਚਿੰਗ ਕੀਤੀ ਹੋਈ ਆ ਉਹਨੂੰ ਚਾਹੀਦੀ ਆ ਸਟਿਚਿੰਗ ਜਾਂ ਨਹੀਂ ਤੇ ਹੋਰ ਤੇ ਇਨਾਂ ਕਾਸਨੀਆਂ ਆਫਟਰ ਐਕਸਪੀਰੀਅੰਸ ਆ ਥਿੰਕ ਹੌਲੀ ਹੌਲੀ ਆਉਂਦਾ ਸਾਰਿਆਂ ਨੂੰ ਯਾਨੀ ਐਕਸਪੀਰੀਅੰਸ ਨਾਲ ਹੀ ਆਉਂਦਾ ਹੈ اسپੈਸ਼ਲੀ ਕਜ਼ ਹੁਣ اسپੈਸ਼ਲੀ ਜਦ ਜੇ ਯੰਗਰ ਆਡੀਅੰਸ ਇਸ ਨੇ ਹਾਂਜੀ ਕੇਵਰੀ ਉਹਨਾਂ ਨੂੰ ਇਦਾਂ ਹੁੰਦਾ ਕਿ ਟਾਈਮ ਬਹੁਤ ਲੱਗਦਾ ਪੱਗ ਬੰਨਣ ਲਈ ਸਾਨੂੰ ਆਉਂਦੀ ਨਹੀਂ ਚੰਗੀ ਤਰ੍ਹਾਂ ਅਸੀਂ ਪਟਕਾਈ ਬਨ ਕੇ ਚੱਲ ਜਾਂਦੇ ਆ ਕਜ਼ ਇੱਥੇ ਤਾਂ ਕੋਈ ਟੀਚਰ ਨਹੀਂ ਕਹਿੰਦਾ ਕਿ ਤੁਸੀਂ ਕਲਾਸ ਨਹੀਂ ਬੜ ਸਕਦੇ ਜੇ ਪੱਗ ਨਹੀਂ ਬੰਨੀ ਹੋਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਗੁਰਜੀਤ ਜਿਹੜੇ ਹਾਲੇ ਥੋੜੇ ਜਿਹਾ ਸਟਰਗਲ ਕਰ ਰਹੇ ਨੇ ਉਹਨਾਂ ਨੂੰ ਬਹੁਤਾ ਆ ਨਹੀਂ ਰਿਹਾ ਤਰੀਕਾ ਵੀ ਕਿਵੇਂ ਨੀ ਇਹ ਆ ਉਹ ਥੋੜਾ ਜਿੱਚੇ ਜਿਖ ਰਏ ਨੇ ਪੱਗ ਬੰਨਣ ਤੋਂ ਯਾ ਇਹ ਤੇ ਆਮ ਦੇਖੋ ਜੀ ਥੋੜਾ ਜਿਆ ਆਪਣੇ ਆਪ ਨੂੰ ਇਦਾਂ ਕਰਨਾ ਪੈਣਾ ਆਪਾਂ ਨੂੰ ਲੱਗਦਾ ਜਿਹੜਾ ਨਾ ਆਪਣੀ ਅਕਤ ਹੈਗਾ ਆਪਣੇ ਮਨ ਚ ਨਾ ਆਪਣੀ ਸੈਲਫ ਵਾਰਥ ਜੀ ਬਹੁਤ ਹੁੰਦੀ ਆ ਜਿੱਦਾਂ ਸਪੈਸ਼ਲੀ ਜਦੋਂ ਮੈਨੂੰ ਵੀ ਚੇਤਾ ਜਦੋਂ ਮੈਂ ਕਾਲਜ ਜਾਂਦਾ ਹੁੰਦਾ ਸੀ ਨਾ ਤੇ ਪੱਗ ਮੈਂ ਤੇ ਓਬਵੀਅਸਲੀ ਵਧੀਆ ਨਹੀਂ ਸੀ ਬਾਈ ਦੀ ਤੇ ਬੰਦੇ ਨੂੰ ਲੱਗਦਾ ਵੀ ਜਿੱਦਾਂ ਹੀਣ ਭਾਵਨਾ ਜੀ ਆਉਂਦੀ ਹੈ ਨਾ ਵੀ ਪੱਗ ਜਾਂ ਤਾਂ ਮੈਂ ਵਧੀਆ ਬੰਨਣੀ ਹੈ ਨਹੀਂ ਤੇ ਮੈਂ ਬੰਨਣੀ ਨਹੀਂ ਹਾਂ ਹੋ ਵੀ ਜਾਂਦਾ ਪਰ ਉਹ ਕਦੇ ਹੋਣਾ ਨਹੀਂ ਜੇ ਤੁਸੀਂ ਸਟਾਰਟ ਨਾ ਕਰੋਗੇ ਜੇ ਜਿੱਦਾਂ ਦੀ ਵੀ ਪੱਗ ਵੱਜਦੀ ਹੈ ਜੇ ਉੱਥੋਂ ਨਹੀਂ ਸਟਾਰਟ ਕਰੋਗੇ ਤਾਂ ਸਿੱਧੀ ਵਧੀਆ ਪੱਗ ਨਹੀਂ ਵੱਜਣੀ ਪਹਿਲਾਂ ਮਤਲਬ ਦੈਨ ਹੋਣੀ ਆ ਜਦੋਂ ਪੱਗ ਨਹੀਂ ਵਧੀਆ ਹੋਗੀ ਹੌਲੀ ਹੌਲੀ ਮਤਲਬ ਐਕਸਪੀਰੀਅੰਸ ਨਾਲ ਸੁਧਾਰ ਹੋਣਾ ਤੇ ਇੱਕ ਮੈਂ ਮੈਂਸ਼ਨ ਕਰਦਾ ਜਿਹੜੀ ਲਰਨਿੰਗ ਕਰਵ ਹੁੰਦੀ ਹੈ ਨਾ ਇਹਦੇ ਬਾਰੇ ਜੇ ਮਤਲਬ ਕਿਸੇ ਨੂੰ ਲੱਗਦਾ ਤੇ ਉਹ ਆਨਲਾਈਨ ਵੀ ਰਿਸਰਚ ਕਰ ਸਕਦਾ ਲਰਨਿੰਗ ਕਰਵ ਕਦੇ ਵੀ ਲੀਨੀਅਰ ਨਹੀਂ ਹੁੰਦੀ ਵੀ ਕਦੇ ਵੀ ਇਦਾਂ ਨਹੀਂ ਹੋਣਾ ਵੀ ਤੁਸੀਂ ਇੱਕ ਹਫਤਾ ਜੇ ਮੰਨ ਲਓ ਕਿਸੇ ਵੀ ਚੀਜ਼ ਦਾ ਐਕਸਪੀਰੀਅੰਸ ਕੀਤਾ ਤੁਸੀਂ ਮੰਨ ਲਓ ਸਿੱਖ ਰਹੇ ਆਂ ਕੁਝ ਵੀ ਕੋਈ 뮤זיਕ ਇਨਸਟਰੂਮੈਂਟ ਸਿੱਖ ਰਹੇ ਆਂ ਜਾਂ ਪਾਗ ਬੰਨਣੀ ਜਾਂ ਕੋਈ ਵੀ ਆਰਟ ਸਿੱਖ ਰਹੇ ਆਂ ਇਦਾਂ ਨਹੀਂ ਹੋਣਾ ਕਿ ਤੁਸੀਂ ਇੱਕ ਦਿਨ ਇੱਕ ਘੰਟਾ ਲਾਇਆ ਤੇ ਦੂਜੇ ਦਿਨ ਵਾਲੇ ਦੇ ਇੱਕ ਘੰਟੇ ਵਿੱਚ ਤੁਹਾਨੂੰ ਪਹਿਲੇ ਦਿਨ ਵਾਲਾ ਮਤਲਬ ਕੋਈ ਫਰਕ ਮਿਲੇ ਵੀ ਚੇਂਜ ਕੋਈ ਤੁਹਾਨੂੰ ਦਿਸੇ ਹਨਾ ਚੇਂजेस ਹੋ ਸਕਦਾ ਪਹਿਲੇ 2 ਹਫ਼ਤੇ ਤੁਹਾਨੂੰ ਚੇਂਜ ਕੋਈ ਦਿਸੇ ਹੀ ਨਾ ਬੜ ਜਿਹੜੀ ਕਰਵ ਇੱਕਦਮ ਉੱਪਰ ਜਾਣੀ ਆ ਜਦੋਂ ਜਦੋਂ ਇੱਕ ਇਨਾਫ ਐਕਸਪੀਰੀਅੰਸ ਹੋ ਗਿਆ ਮੇਬੀ ਇਨ ਅ ਮੰਥ ਮੇਬੀ ਇਨ 2 ਮੰਥਸ ਇੱਕਦਮ ਸੁਧਾਰ ਹੋ ਜਾਣਾ ਉਦੋਂ ਫਿਰ ਇਟਸ ਲਾਈਕ ਦ ਜਿਮ ਯਾ ਯਾ 100% ਯਾ ਜਲੋ ਜੀ ਹੁਣ ਥੋੜਾ ਜਿਹਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪਰ ਜਾਣ ਤੋਂ ਪਹਿਲਾਂ ਕੋਈ ਵੀ ਜੇ ਮੈਸੇਜ ਹੈਗਾ ਸਾਡੇ ਆਡੀਐਂਸਿਸ ਲਈ ਉਹ ਵੀ ਸਾਂਝਾ ਕਰੋ ਤੇ ਇਹ ਵੀ ਦੱਸੋ ਵੀ ਸਾਡੇ ਆਡੀਐਂਸਿਸ ਤੁਹਾਨੂੰ ਕਿਸ ਤਰ੍ਹਾਂ ਕਿੱਥੇ ਕਿਹੜੇ ਕਿਹੜੇ ਪਲੈਟਫਾਰਮ ਤੇ ਫੋਲੋ ਕਰ ਸਕਦੇ ਆ ਹਾਂਜੀ ਜਰੂਰ ਜੀ ਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਸਰੋਤਿਆਂ ਦਾ ਵੀ ਹੈਪੀ ਵਿਸਾਖੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਅ ਤੁਸੀਂ ਜੇ ਕਿਸੇ ਨੇ ਵੀ ਫਾਈਂਡ ਕਰਨਾ ਆਨਲਾਈਨ ਦ ਟਰਬਨ ਗਾਇ ਸਰਚ ਕਰ ਲੈਣ ਆ ਇੰਸਟਾਗ੍ਰam ਤੇ ਤੇ ਸਨੈਪਚੈਟ ਤੇ ਰੀਅਲ ਟਰਬਨ ਗਾਇ ਤੇ ਬਾਕੀ ਸਾਰੇ ਪਲੇਟਫਾਰਮਸ ਤੇ ਦ ਟਰਬਨ ਗਾਇ ਤੇ ਜੇ ਕੋਈ ਮੈਸੇਜ ਮੈਂ ਆਪਣੇ ਯੂਥ ਨੂੰ ਦੇਣਾ ਚਾਹੁੰਗਾ ਕਿਉਂਕਿ ਯੂਥ ਹੀ ਹੈ ਉਹ ਜੀ ਪੋਜੀਸ਼ਨ 'ਚ ਜੇ ਕੋਈ ਸੁਣ ਕੇ ਮਤਲਬ ਕੁਝ ਚੇਂਜ ਹੋ ਸਕਦਾ ਕੁਝ ਕਰ ਸਕਦਾ ਤੇ ਮੈਸੇਜ ਇਹ ਹੈ ਕਿ ਆਪਣੇ ਜਿਹੜੇ ਵੀ ਤਾਂ ਤੇ ਤੁਸੀਂ ਹੈਗੇ ਆ ਤੁਸੀਂ ਜੋ ਵੀ ਆਪਣੀ ਜ਼ਿੰਦਗੀ ਚ ਕਰਨਾ ਚਾਹੁੰਦੇ ਆ ਥੋੜਾ ਜਿਹਾ ਉਦਮ ਕਰੋ ਤੇ ਪਰਮਾਤਮਾ ਮਾਲੇ ਸਾਰਾ ਕੁਝ ਦਿੰਦਾ ਆ ਸਪੈਸ਼ਲੀ ਜਿੱਦਾਂ ਮੈਂ ਕਈ ਯੂਥ ਇੱਥੇ ਮੈਂ ਦੇਖਦਾ ਆ ਉਹਨਾਂ ਨੂੰ ਲੱਗਦਾ ਆ ਕਿ ਜੇ ਮੈਂ ਮਨ ਲੋ ਕੁਝ ਮੰਨ ਲੋ ਗਵਰਨਮੈਂਟ ਜਾਂ ਸਟੇਟ ਮੈਨੂੰ ਸਾਥ ਨਹੀਂ ਦੇ ਰਹੀ ਜਾਂ ਲੋਕੀ ਮੈਨੂੰ ਸਾਥ ਨਹੀਂ ਦੇ ਰਹਾ ਤੇ ਬਸ ਮੈਂ ਛੱਡ ਦਵਾਂ ਸਾਰਾ ਕੁਝ ਆ ਆਪਣਾ ਜਿਹੜਾ ਜਿੰਨੀ ਤਾਂ ਆਪਣੀ ਸਮਝ ਹੈਗੀ ਆ ਉਹਦੇ ਅਕੋਰਡਿੰਗ ਚੱਲੀਏ ਤੇ ਜਿੱਦਾਂ ਕਟੜ ਪੰਥੀ ਜੀ ਥੋੜੀ ਜੀ ਘੱਟ ਰੱਖੀਏ ਆ ਸਮਝ ਦਾ ਯੂਜ਼ ਕਰੀਏ ਜੇ ਪੱਗ ਬਾਰੇ ਵੀ ਜੇ ਮਤਲਬ ਤੁਹਾਨੂੰ ਲੱਗਦਾ ਹੈ ਵੀ ਇਹ ਸਪਿਰਚੁਅਲਿਟੀ ਨਾਲ ਰਿਲੇਟਡ ਆ ਇਹਦੇ ਬਾਰੇ ਕੋਈ ਕੁਐਸਚਨਸ ਆ ਤੁਹਾਨੂੰ ਲੱਗਦਾ ਕੋਈ ਵਿਅਦਬੀ ਕਰਦਾ ਆ ਤੇ ਤੁਸੀਂ ਸੋਰਸ ਕੋਲ ਜਾਓ ਸਿੱਧਾ ਸੋਰਸ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਓ ਤੇ ਸੋ ਕਿਉਂਕਿ ਆਪਾਂ ਜਾਣਨੇ ਆ ਬੰਦਿਆਂ ਕੋ ਕਿਸੇ ਨੇ ਕੋਸ਼ਿਸ਼ ਕੀਤਾ ਕਿਸੇ ਨੇ ਕੋਸ਼ਿਸ਼ ਕੀਤਾ ਉਹਦੇ ਨਾਲੋਂ ਚੰਗਾ ਫੇਰ ਤਾਂ ਆਪਣੇ ਮਨ 'ਚ ਵੀ ਡਾਊਟ ਰਹਿੰਦੇ ਆ ਸੋ ਡਾਊਟ ਕਲੀਅਰ ਕਰਨੇ ਆ ਤੁਸੀਂ ਟਾਈਮ ਦਿਓ ਜੇ ਜਿਹੜੇ ਵੀ ਧਰਮ 'ਚ ਹੈਗੇ ਆ ਉਸ ਧਰਮ ਦਾ ਜਿਹੜਾ ਮਾਰਗ ਆ ਪੂਰਾ ਕਰੋ ਤੁਹਾਨੂੰ ਇਨਫੋਰਮੇਸ਼ਨ ਜੇ ਤੁਹਾਨੂੰ ਚਾਹੀਦੀ ਆ ਤੁਹਾਨੂੰ ਇਨਫੋਰਮੇਸ਼ਨ ਉਹ ਆ ਜੂਗੀ ਜੇ ਕੋਈ ਕਿਸੇ ਨੌਲੇਜ ਦੀ ਤਾਂ ਗਿਆ ਕੋਈ ਪਿਆਰ ਆ ਉਹ ਮਿਲ ਜੂਗਾ ਤੇ ਬਟ ਇਦਾਂ ਆ ਉਹਦੇ ਲਈ ਤਪ ਕਰਨਾ ਪੈਣਾ ਉਹਦੇ ਲਈ ਹਿੰਮਤ ਕਰਨੀ ਪੈਣੀ ਸੋ ਇੰਨਾ ਕਹਿੰਦੇ ਹੋਏ ਖਿਮਾ ਦੇ ਜਾਚ ਕਿਆਂ ਜੇ ਕੁਛ ਘਟਵਾਦ ਕਿਹਾ ਗਿਆ ਤੇ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ